मंदिर श्री भगत बाबा बालकनाथ जी, मंदिर श्री भगत बाबा बालकनाथ जी वैष्णो माता जी रजिस्टर 33-53, मंदिर संचालक भगत कपिल कुमार जी साढ़े बाबा जी जिन्हों की आशीर्वाद सदका 19वीं विशाल बाबा जी की इस चौंकी बड़ी ही श्रद्धा भावना के नाल कराई जा रही है। परम फिरोज जो कि बाबा जी के पाक कदमा च हाजरियां भरनगे, उन्हां तों बाद जलंधर शहर तो पंजाब दी नहीं पूरे हिंदुस्तान की आवाज़ जिन्हां नूं अक्सर तुसीं जागरण ते कीर्तन ते बाबा जी की विशाल चौंकियां ते बहुत आशीर्वाद दित्ते ने हरजीत हीरा जी। हरजीत हीरा जी एंड पार्टी जलंधर तो साढ़े दरम्यान वह भी पहुँच चुके ने। उस तो पहला बाबा जी साढ़े कपिल कुमार जी उन्हों का हुक्म हो गया है कि सब तो पहला परम फिरोज जो कि बाबा जी के पावन कदमों से अपनी हाजरी भरनगे, तो आओ सब तो पहला मैं अपने छोटे वीर नूं बटाले शहर की बा कमाल वास, क्योंकि दुल्हे ना जो साबुन से उसे दाग कहते हैं, मिले ना पेट भर खाना उसे निर्वाह कहते हैं। सुना है राम तेरी दुनिया में गवैये तो लाखों हैं, मगर जो आवाज थिड़क जाए कलेजे से उसे राग कहते हैं। रागां ते सुरां दी तर्जमानी कर दी आवाज, थोड़े प्यार दा दिता है नाम जनाब परम फिरोज जी। भाई सिख चौकी बाबा बालकनाथ जी के पावन कदमों के विच बाबा जी का गुणगान कर जा रहा बटाले शहर की खूबसूरत आवाज जनाब परम फिरोज। लाइट एंड साउंड साडे वड्डे वीर जी साडे उस्ताद जी कारी भाजी बलकार सिंह कारी जी जो कि बहुत ही साडे शहर बटाले की शान एस बी लाइट एंड साउंड अज बाबा जी के कदमों के हाजरे। कहते हैं कि जिस जगह जिस थान से बाबा जी के नाम दी हाजरियां लगाई जांदियां ने वो घर वो जगह वो महला पवित्र हो जाता है। बाबा जी का बसेरा पहाड़ों के गुफावां है। आज बाबा जी ने सानू दर्शन देने लिए इस पंडाल इस दरबार और अस बहुत शुक्रगुजार हाँ साडे साईं जी बहुत ही सत्कारयोग भगत कपिल कुमार जी दरबार जो कि 19वां पावन चौंकी है आज मंदिर शिव भक्त बाबा बालकनाथ जी और वैष्णो माता जी
ਇਹਨਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਮਹਾਮਾਈ ਜੀ ਦੇ ਚਰਨਾਂ 'ਚ ਵੀ ਹਾਜ਼ਰੀਆਂ ਲਗਾਵਾਂਗੇ, ਬਾਬਾ ਜੀ ਦੇ ਚਰਨਾਂ 'ਚ ਵੀ ਇਸ ਹਾਜ਼ਰੀਆਂ ਭਰਪੂਰ ਕਰਨੀਆਂ ਨੇ। ਸੰਗਤਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ, ਆਓ ਪੰਡਾਲ ਦੀ ਰੌਣਕ ਨੂੰ ਵਧਾਓ, ਬਾਬਾ ਜੀ ਦੇ ਕਦਮਾਂ ਵਿੱਚ ਹਾਜ਼ਰੀਆਂ ਭਰਪੂਰ ਕਰੋ। ਇਹ ਸਮਾਂ ਸੁਭਾਗਾ ਹੈ, ਇਹ ਭਾਗਾਂ ਵਾਲਿਆਂ ਦੇ ਨਸੀਬਾਂ ਵਾਲਿਆਂ ਨੂੰ ਮਿਲਦਾ ਹੈ ਇਹ ਸਮਾਂ। ਤਾਂ ਆਓ ਸਾਰੀ ਸੰਗਤ ਦੇ ਨਾਲ ਦੇਖੋ, ਆਓ ਮੇਰੇ ਜੋਗੀ ਨਾਥ ਪੌਣਾ ਹਾਰੀ ਸਰਕਾਰ ਇਹਨਾਂ ਦੀ ਸਿਫਤ ਸਲਾਹ ਅੱਜ ਅਸੀਂ ਕਰਾਂਗੇ। ਜਿੰਨਾ ਸਮਾਂ ਸਾਨੂੰ ਮਿਲੇਗਾ ਅਸੀਂ ਬਾਬਾ ਜੀ ਦੇ ਕਦਮਾਂ ਵਿੱਚ ਹਾਜ਼ਰੀ ਲਗਾਉਂਗੇ, ਜਦੋਂ ਹੁਕਮ ਹੋਵੇਗਾ, ਜਦ ਤੱਕ ਹੁਕਮ ਹੋਵੇਗਾ। ਤਾਂ ਆਓ ਜੀ ਅਸੀਂ ਸਾਡੇ ਸਤਿਕਾਰਯੋਗ ਬਾਬਾ ਜੀ ਭਗਤ ਕਪਿਲ ਕੁਮਾਰ ਜੀ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਕਰਦੇ ਹਾਂ ਕਿ ਪੰਡਾਲ ਵਿੱਚ ਆ ਕੇ ਸਾਨੂੰ ਦਰਸ਼ਨ ਦਿਓ। ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਨੇ ਕੋਲ ਹੁਕਮ ਹੋ ਚੁੱਕਾ ਹੈ, ਤਾਂ ਆਓ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਸਿਫਤ ਗੁਰੂ ਦੇ ਨਾਮ ਦੀ, ਸਤਿਗੁਰਾਂ ਦੇ ਨਾਮ ਦੀ, ਜੋਗੀ ਨਾਮ ਦੀ ਸਿਫਤ ਸਲਾਹ ਕਰਨ ਜਾ ਰਹੇ ਹਾਂ। ਤਾਂ ਅੱਜ ਦੀ ਇਹ ਜੋ ਹਾਜ਼ਰੀ ਹੈ ਸੰਗਤਾਂ ਵੱਲੋਂ ਲਗਾਈ ਜਾ ਰਹੀ ਹੈ, ਮੰਦਰ ਸ਼ਿਵ ਭਗਤ ਬਾਬਾ ਬਾਲਕ ਨਾਥ ਜੀ ਔਰ ਮਾਂ ਵੈਸ਼ਨੋ ਮਾਤਾ ਜੀ ਦਰਬਾਰ, ਭਗਤ ਕਪਿਲ ਕੁਮਾਰ ਜੀ ਔਰ ਸਮੂਹ ਮੰਦਰ ਕਮੇਟੀ ਵੱਲੋਂ ਅੱਜ ਦੀ ਹਾਜ਼ਰੀ, ਸਮੂਹ ਸੇਵਾਦਾਰਾਂ ਵੱਲੋਂ ਅੱਜ ਦੀ ਹਾਜ਼ਰੀ, ਜੋ ਕਿ ਬਾਬਾ ਜੀ ਦੇ ਕਦਮਾਂ ਵਿੱਚ ਅੱਜ ਹਾਜ਼ਰੀਆਂ ਭਰਪੂਰ ਕੀਤੀਆਂ ਜਾਣਗੀਆਂ। ਤਾਂ ਤੁਹਾਡੇ ਚਰਨਾਂ ਦਾ ਸੇਵਕ ਆਪਣੇ ਉਸਤਾਦ ਲੋਕਾਂ ਨਾਲ, ਗੁਰੂ ਜਨਾਂ ਦੇ ਨਾਲ ਅੱਜ ਹਾਜ਼ਰੀ ਦੀ ਜੋ ਸਾਨੂੰ ਬਾਬਾ ਜੀ ਨੇ ਮਾਣ ਬਖਸ਼ਿਆ ਹੈ, ਇਹਨਾਂ ਨੇ ਮਾਣਿਆਂ ਨੂੰ ਮਾਣ ਬਖਸ਼ਿਆ ਹੈ, ਇਸ ਦਰਬਾਰ ਵਿੱਚ ਸਾਨੂੰ ਬੁਲਾਇਆ ਹੈ ਔਰ ਇਹ ਹੁਕਮ ਹੋਇਆ ਕਿ ਕੁਝ ਹਾਜ਼ਰੀਆਂ ਬਾਬਾ ਜੀ ਦੇ ਨਾਮ ਦੀਆਂ ਅੱਜ ਇਹਨਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਗਾ ਕੇ ਆਪਣਾ ਜੀਵਨ ਸਫਲਾ ਕਰੀਏ। ਸਵਾਸ ਸਵਾਸ ਅੱਜ ਬਾਬਾ ਜੀ ਦੇ ਨਾਮ ਦੀਆਂ ਹਾਜ਼ਰੀਆਂ ਭਰਪੂਰ ਕਰਾਂਗੇ ਔਰ ਜਿਵੇਂ ਜਿਵੇਂ ਹੁਕਮ ਹੁੰਦਾ ਜਾਏਗਾ ਉਸੇ ਤਰ੍ਹਾਂ ਪ੍ਰੋਗਰਾਮ ਚੱਲਦਾ ਜਾਏਗਾ। ਤੋ ਮੇਰੇ ਵੱਡੇ ਵੀਰ ਜੀ, ਮੇਰੇ ਉਸਤਾਦ ਜੀ ਕਾਸਮ ਭਾਅ ਜੀ, ਵਿਜੇ ਕੁਮਾਰ ਕਾਸਮ ਜੀ, ਬਾ ਕਮਾਲ ਐਂਕਰਿੰਗ ਔਰ ਮੰਚ ਸੰਚਾਲਨ ਦੇ ਬੇਤਾਜ ਬਾਦਸ਼ਾਹ ਨੇ, ਸਾਡੇ ਸ਼ਹਿਰ ਬਟਾਲੇ ਦੀ, ਪੰਜਾਬ ਦੀ ਸ਼ਾਨ ਹਨ। ਮੈਂ ਇਹਨਾਂ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਕਿਉਂਕਿ ਇਹਨਾਂ ਨੇ ਸਾਨੂੰ ਚੱਲਣਾ ਸਿਖਾਇਆ, ਇਹਨਾਂ ਦੇ ਹੀ ਨਾਲ, ਇਹਨਾਂ ਦੇ ਪਿੱਛੇ ਪਿੱਛੇ ਚੱਲ ਕੇ ਅਸੀਂ ਕੁਝ ਇੱਥੋਂ ਤੱਕ ਪਹੁੰਚੇ, ਬਾਬਾ ਜੀ ਦਰਬਾਰ ਤੱਕ ਆਏ ਹਾਂ। ਤਾਂ ਆਓ ਜੀ ਹਾਜ਼ਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਮੁਰਸ਼ਦ ਦੀ ਸ਼ਾਨ, ਜੋਗੀ ਨਾਥ ਦੀ ਸ਼ਾਨ, ਆਓ ਇਹਨਾਂ ਦੀ ਸਫਲਾ ਕਰੀਏ। ਬੋਲੀਏ ਸਾਚੇ ਦਰਬਾਰ ਕੀ ਜੈ। SB ਲਾਈਟ ਸਾਊਂਡ, SB ਸਾਊਂਡ ਜੋ ਕਿ ਸ਼ਹਿਰ ਬਟਾਲੇ ਦੀ ਸ਼ਾਨ, ਵੱਡੇ ਵੱਡੇ ਕਲਾਕਾਰਾਂ ਦੇ ਨਾਲ ਜੋ ਕਿ ਸੇਵਾ ਨਿਭਾਉਂਦੇ ਨੇ, ਅੱਜ ਸਾਨੂੰ ਇਹਨਾਂ ਦੇ ਕਦਮਾਂ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਹੈ। ਅਸੀਂ ਸਾਡੇ ਬਲਕਾਰ ਭਾਅ ਜੀ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਬੋਲੀਏ ਸਾਚੇ ਦਰਬਾਰ ਕੀ ਜੈ। ਸੰਤ ਤੁਲਸੀਦਾਸ ਮਹਾਰਾਜ ਜੀ ਔਰ ਪੀਰ ਬਾਬਾ ਸਾਧੂ ਰਾਮ ਜੀ ਔਰ ਸਾਡੇ ਬਾਬਾ ਜੀ ਭਗਤ ਕਪਿਲ ਕੁਮਾਰ ਜੀ, ਹਾਂਜੀ ਪੌਣਾ ਹਾਰੀ ਸਰਕਾਰ, ਕਿਆ ਬਾਤ ਹੈ ਜੀ, ਇਹ ਤਾਂ ਸਦਾ ਹੀ ਸਾਡੇ ਨਾਲ ਨੇ। ਤਾਂ ਆਓ ਜੀ ਪੌਣਾ ਹਾਰੀ ਸਰਕਾਰ ਇਹਨਾਂ ਦੇ ਪਾਵਨ ਚਰਨਾਂ ਦੀ ਹਾਜ਼ਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਹੁਕਮ ਹੋ ਚੁੱਕਾ ਹੈ, ਆਹ ਬਾਬਾ ਜੀ ਦੇ ਕਦਮਾਂ 'ਚ ਹਾਜ਼ਰੀ ਲਗਾਉਂਦੇ ਹਾਂ। ਬੋਲੀਏ ਸਾਚੇ ਦਰਬਾਰ ਕੀ, ਬੋਲੀਏ ਸਾਚੇ ਦਰਬਾਰ ਕੀ ਜੈ। ਮੇਰੇ ਜ਼ੁਰਬਾਂ ਤੇ ਦਿੱਤੀਆਂ
फेर कलमा मेरे जोगी ने कर्म इश्क अपने देवित परिपूर कर गए जोड़ जोड़ के अपने नाल कीता बड़ी मेहरबानी जोगीनाथ दी है कर्म जग नालू वखरा कमाल कीता करके नजरी सवलड़ी यारों अंबर जयानु मालो माया आ मुर्शद ईशान कह जा रहे हैं कि मैं निवा मेरा मुर्शद योचा उच्चिया ने संग लाई मैं उच्चिया ने संग लाई मैनीवा मेरा मुर्शद उच्चा उच्चिया ने संग लाई मेरा मुर्शद उच्चा उच्चिया ने संग लाई मैनीवा सदके जाए ना उच्चिया दे जना सदके जाए ना उच्चिया दे जना नीविया संग निभाई सदके जाए ना उच्चिया दे लाजनिया रंग लाके सारे लहरों का रंग लाके सारे लहरों का जोगी ने कर्म कमा छड़िया सदके जाए ना उच्चिया तो जिन्ना नीविया संग निभाई सदके जाए ना उच्चिया ते सदके जाए ना उच्चिया नीवियां संगने भाई हजूर कह रहे ने मैं कुछ भी नहीं मैं कुछ भी नहीं पर खूब निभाया जो भी ने मैं कुछ भी नहीं मैं कुछ भी नहीं मैं कुछ भी नहीं पर खूब निभाया जो भी ने मैं जो मंगिया मैं जो चाहा
सदके दाए ना उच्चिया दे जिन्ना नीविया सदे निवाई सदके जावा सदके जावा सदके जावा जोगी रे जोगी तहजूर की कहंदे ने खस खस जिन्ना कदरी ना मेरा साहिब नु बढ़िया ਸਾਡਾ ਖਿਆਲ ਕਿਉਂ ਨਾ ਰੱਖਣਗੇ ਜਿਹੜੇ ਪੱਥਰ ਦੇ ਵਿੱਚ ਕੀੜੇ ਰਹਿੰਦੇ ਨੇ ਉਹਨਾਂ ਨੂੰ ਰੋਜ਼ੀ ਪਹੁੰਚਾਉਂਦੇ ਨੇ ਉਹਨਾਂ ਦਾ ਖਿਆਲ ਰੱਖਦੇ ਨੇ ਤੇ ਸਾਡਾ ਖਿਆਲ ਵੀ ਰੱਖਣਗੇ ਇਹ ਮਨ 'ਚ ਵਿਸ਼ਵਾਸ ਲੈ ਕੇ ਆਉਣਾ ਹੈ ਔਰ ਬਾਬਾ ਜੀ ਦੇ ਸੇਵਕ ਛੋਟੇ ਛੋਟੇ ਬੱਚੇ ਹਾਜ਼ਰੀਆਂ ਲਗਾ ਰਹੇ ਨੇ ਬਾਬਾ ਜੀ ਦੇ ਪਾਵਨ ਚਰਨਾਂ ਦੇ ਵਿੱਚ ਬਹੁਤ ਸਾਰੀ ਮਾਇਆ ਦੇ ਨਾਲ ਬਾਬਾ ਜੀ ਨੇ ਉਹਨਾਂ ਬੱਚਿਆਂ ਦੇ ਮੇਲ ਭਰਿਆ ਹੱਥ ਰੱਖਣਾ ਤਾਂ ਕੀ ਕਰਿਆ ਪੱਥਰ ਦੇ ਵਿੱਚ ਕੀੜੀਆਂ ਤਾਈ ਰੋਟੀਆਂ ਪੁਜਾ ਇੱਕ ਹਾਜ਼ਰੀ ਬਾਬਾ ਜੀ ਦੇ ਕਦਮਾਂ ਨਾਲ ਪਿਆਰ ਕਰਦੇ ਹੋਏ ਤੋ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਸ੍ਰੀ ਭਗਤ
कपिल कुमार जी साढ़े वालों उन्होंने चरणों के हाथ जोड़ के बेनती है साड़ी पार्टी वालों कि आ के सानू दर्शन दे के निहाल कर संगतान दर्शन दे के निहाल कर संगतान दर्शनों के लिए इस दरबार में आए हैं बाबा जी के दर्शनों लिए आओ पौना हरि सरकार जी के पावन चरणों में हाजिर लगा जा रहे हैं की कह रहे हैं जेकर अपना हरि दा बोलिए सच्चे दरबार की जय खाली मान दा नहीं जोगीनाथ ये तरी उतो खैरी चोली सवली पालिए कर्म कमा दे दे के तू ना तेरे ही नाम दा लाया छेती आजा पौना हारिया मिट्टी मिट्टी ताड़ी लगा के सारी संगने हाजरी लगानी मेरे नाल और साडे बाबा जी भगत कपिल कुमार जी वो भी दरबार में आवणगे और संगतां नूं निहाल करनगे दर्शन देके हाँ जी की कह रहे हैं जी हाँ जी पौना हरि सरकार ने आना है ते असी दर्शन पाना है बाबा जी का मिट्टी मिट्टी ताड़ी लगा के हाजरी लगानी है सारी संगत ने क्योंकि साडे सरकार योग भगत कपिल कुमार जी जिन्हां दे असीं बेसब्री नाल इंतजार कर रहे हैं कि सानू दर्शन दे और दरबार दे अज शान नूं होर बदाल चार चन लगनगे
ਸਾਡੇ ਬਾਬਾ ਜੀ ਆ ਰਹੇ ਨੇ ਤੂੰ ਕੀ ਕਰ ਰਿਹਾ ਦੇਰੀਆਂ ਨਾ ਕਰੋ ਜੋ ਮੋਰੀ ਉੱਤੇ ਚੜ ਕੇ ਹੱਥੀ ਵਿੱਚ ਆ ਜਾ ਬਾਬਾ ਚਿਮਟਾ ਤੂੰ ਫੜ ਕੇ ਦੇਰੀਆਂ ਨਾ ਕਰੋ ਜੋ ਮੋਰੀ ਉੱਤੇ ਚੜ ਕੇ ਹੱਥ ਵਿੱਚ ਆ ਜਾ ਬਾਬਾ ਤੇਰੇ ਨਾਮ ਵਾਲੀ ਤੇਰੇ ਨਾਮ ਵਾਲੀ ਤੇਰੇ ਨਾਮ ਵਾਲੀ ਨਾ ਮਾਰੂ ਮੈਂ ਗਾਇਆ ਜਿੱਥੇ ਆ ਜਾ ਬਾਬਾ ਹਰਿਆ दर्शन जरूर देन साड़ी हाजरी प्रवान करन ताकि साड़ी जो हाजरी लग रही है वो पूर्ण हो सके संपूर्ण हो सके बोलिए साचे दरबार की जकारा पावा हरि दा बोलिए साचे दरबार की जय भाई संतां दे चरणां च बेनती करूंगा कि जिहड़ी अंदर दरबार दे अंदर संत बैठी ने और मेरी जितों तक आवाज जा रही है बटाला वासियों नूं कि बाबा जी की 19वीं जो पावन चौकी है विशाल चौकी सिद्ध जोगी बाबा बालकनाथ जी की मंदिर शिव भगत बाबा बालकनाथ एवं मां वैष्णो रजिस्टर 3357 कपिल भगत जी साढ़े गद्दी नशीन ने जी मुख्य संचालक ने इस मंदिर के उन्होंने वालों आप सब बेनती ने कि परिवार सहित बाबा जी के पवित्र दरबार से पहुंचो सो परम फिरोज जी बहुत खूबसूरत हाजरियां बाबा जी के भजनों के नाल निहाल कर रहे हैं और साढ़े दरम्यान एक होर बड़ा प्यारा कलाकार है जनाब हरजीत हीरा जी जो कि जलंधर शहर तो जिन्हों का ਤੁਸੀਂ ਬਹੁਤ ਪਿਆਰ ਦਿੱਤਾ ਹੈ ਸੋ ਉਸ ਵੇਖ ਨੇ ਵੀ ਹਾਜ਼ਰੀ ਭਰਨੀ ਹੈ ਤੇ ਆਓ ਜਦੋਂ ਤੱਕ ਬਾਬਾ ਜੀ ਦਾ ਹੁਕਮ ਉਦੋਂ ਤੱਕ ਪਵਨ ਫਿਰੋਜ ਜੀ ਮੇਰੇ ਛੋਟੇ ਵੀਰ ਜੀ ਇੱਕ ਤਾੜੀ ਮਾਰ ਦਿਓ ਜ਼ੋਰਦਾਰ ਤਾੜੀ ਮਾਰ ਦਿਓ ਜੇ ਸ਼ੁਰੂਆਤ ਹੈ ਬੜੀਆਂ ਪਿਆਰੀਆਂ ਹਾਜ਼ਰੀਆਂ ਮਾਂ ਦੀ ਇੱਕ ਸੁੰਦਰ ਹਾਜ਼ਰੀ ਵੀ ਭਰੀ ਜਾਏਗੀ ਭੇਟ ਵੀ ਸੁਣਾਈ ਜਾਏਗੀ ਤਾਂ ਆਓ ਮੇਰਾ ਛੋਟਾ ਵੀਰ ਜੀ
ਅੱਜ ਬਾਬਾ ਜੀ ਦੇ ਦੀਵਾਨੇ ਪਾਣੀ ਹਾਂਜੀ ਜਲਦੀ ਸੇਵਾ ਸਟੇਜ ਤੇ ਜ਼ਰੂਰ ਕਰਦੇ ਜਾਣਾ ਮੇਰੇ ਸਾਜੀ ਵੀਰਾਂ ਵਾਸਤੇ ਪਾਣੀ ਦਾ ਅਰੇਂਜਮੈਂਟ ਕਰ ਦਿਓ ਜੋ ਪ੍ਰਬੰਧਕ ਕਮੇਟੀ ਵੱਲੋਂ ਤੋਂ ਆਓ ਹਾਜ਼ਰੀ ਲਗਾਈਏ ਕਿ ਅੱਜ ਬਾਬਾ ਜੀ ਦੇ ਦੀਵਾਨੇ ਮਸਤਾਨੇ ਹਾਜ਼ਰੀ ਲਗਾ ਰਹੇ ਨੇ ਔਰ ਸਾਡੇ ਭਗਤ ਕਪਿਲ ਕੁਮਾਰ ਜੀ ਜਿਨ੍ਹਾਂ ਦਾ ਅਸੀਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਕਿ ਸਾਨੂੰ ਦਰਸ਼ਨ ਦੇ ਕੇ ਨਿਹਾਲ ਕਰਨ ਆਓ ਇੱਕ ਹਾਜ਼ਰੀ ਲਗਾਈਏ ਕਿਉਂਕਿ ਦਰਬਾਰ ਤੇਰਾ ਦਰਬਾਰੋਂ ਮੇਂ ਇੱਕ ਖਾਸ ਅਹਿਮੀਅਤ ਰੱਖਤਾ ਹੈ ਉਸੇ ਵੈਸਾ ਹੀ ਫਲ ਮਿਲਤਾ ਹੈ ਜੋ ਜੈਸੀ ਨੀਅਤ ਰੱਖਤਾ ਹੈ ਇੱਕ ਤੂੰ ਨਾ ਕਰੇ ਹੋਰ ਕਰੇ ਕਿਹੜਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਲੋਕੀ ਤੱਕਦੇ ਨੇ ਐਬ ਗੁਣਾ ਮੇਰੇ ਅੱਜ ਜੋ ਦੀਵਾਨੇ ਮਸਤਾਨੇ ਬਾਬਾ ਜੀ ਦੇ ਜੋਗੀ ਨਾਥ ਦੇ ਮੇਰੇ ਪਾਉਣਾ ਹਰੀ ਸਰਕਾਰ ਦੇ ਆਏ ਨੇ ਹਾਂਜੀ ਕੀ ਕਰ ਰਹੇ ਨੇ ਦੀਵਾਨੇ ਜੋ ਵੀ ਮੰਗਦੇ ਨੇ ਦੀਵਾਨੇ ਜੋ ਵੀ ਮੰਗਦੇ ਨੇ ਮੇਰੀ ਸਰਕਾਰ ਦਿੰਦੇ ਨੇ ਦੀਵਾਨੋ ਨੇ ਮਹਿਫਿਲ ਸਜਾਈ ਹੋਈ ਹੈ ਖਟਾ ਮੈਂ ਖਾਨੇ ਪੇਸ਼ਾਈ ਹੋਈ ਹੈ ਦੀਵਾਨੋ ਨੇ ਮਹਿਫਿਲ ਸਜਾਈ ਹੋਈ ਖਟਾ ਮੈਂ ਖਾਨੇ ਪੇਸ਼ਾਈ ਹੋਈ ਹੈ ਇਹ ਮੈਂ ਖਾਨਾ ਕਿਹੜਾ ਮੇਰੇ ਦਾਤਾ ਸਰਕਾਰ ਦੇ ਚਰਨਾਂ 'ਚ ਜੋ ਹਾਜ਼ਰੀ ਅਸੀਂ ਲਗਾ ਰਹੇ ਹਾਂ ਇਨਾਮ ਦਾ ਸੰਗਤ ਦੀ ਹਾਜ਼ਰੀ ਹੈ ਕਿ ਦੀਵਾਨੋ ਨੇ ਮਹਿਫਿਲ ਸਜਾਈ ਹੋਈ ਹੈ ਖਟਾ ਮੈਂ ਖਾਨੇ ਪੇਸ਼ਾਈ ਮੇਰਾ ਜੋਗੀ ਤੇ ਸਭ ਨੂੰ ਪਿਲਾਈ ਜਾਂਦਾ ਤੇ ਜਿਵੇਂ ਇਹਨੂੰ ਵੀ ਸ਼ੰਕਰ ਨੇ ਪਿਲਾਈ ਹੋਈ ਹੈ ਚੰਨ ਕੋਲੋਂ ਪੁੱਛਿਆ ਮੈਂ ਤਾਰਿਆਂ ਤੋਂ ਪੁੱਛਿਆ ਚੰਨ ਕੋਲੋਂ ਪੁੱਛਿਆ ਮੈਂ ਤਾਰਿਆਂ ਤੋਂ ਪੁੱਛਿਆ ਖਿੜੀਆਂ ਬਹਾਰਾਂ ਤੇ ਨਜ਼ਾਰਿਆਂ ਤੂੰ ਪੁੱਛਿਆ ਫਿਰ ਕੇ ਜਹਾਨ ਮੈਂ ਤੇ ਸਾਰਿਆਂ ਤੂੰ ਪੁੱਛਿਆ ਸਾਰੇ ਕਹਿਣ ਲੱਗੇ ਕੀ ਕਹਿਣ ਲੱਗੇ ਸਾਰੇ ਕਹਿਣ ਲੱਗੇ ਅੱਜ ਕਿਤੇ ਵੀ ਨੀ ਤੱਕਿਆ ਵੇ ਤੇਰੇ ਜਿਹਾ ਸੋਹਣਾ ਜੋਗੀ ਹੋਰ ਨਹੀਂ ਓ ਹੋਣਾ ਤੇਰਾ ਰੂਪ ਸਾਰੇ ਜਗ ਤੂੰ ਨਿਆਰਾ ਦਿਸਦਾ ਤੇਰੇ ਮੁਖੜੇ ਚੋਂ ਰੱਬ ਦਾ ਨਜ਼ਾਰਾ ਦਿਸਦਾ ਪੌਣਾ ਹਾਰੀ ਸਰਕਾਰ ਦੇ ਦਰਸ਼ਨ ਕੀਤਿਆਂ ਰੱਬ ਦਾ ਨਜ਼ਾਰਾ ਹੋ ਜਾਂਦਾ ਹੈ ਤੋ ਬਹੁਤ ਹੀ ਮਾਣ ਬਹੁਤ ਸਤਿਕਾਰ ਭਗਤ ਜੀ ਵੱਲੋਂ ਬਾਬਾ ਬਾਲਕ ਨਾਥ ਧੰਨ ਧੰਨ ਬਾਬਾ ਬਾਲਕ ਨਾਥ ਜੀ ਪੌਣਾ ਹਾਰੀ ਸਰਕਾਰ ਜਿਨ੍ਹਾਂ ਨੇ ਨਾਮ ਦੀਆਂ ਅੱਜ ਅਰਦਾਸਾਂ ਕਰਾਈਆਂ ਜਾ ਰਹੀਆਂ ਨੇ ਬਾਬਾ ਜੀ ਇਹਨਾਂ ਬੱਚਿਆਂ 'ਤੇ ਮਿਹਰ ਭਰਿਆ ਹੱਥ ਰੱਖਣਾ ਚਰਨਾਂ ਨਾਲ ਲਾਈ ਰੱਖਣਾ ਕੀ ਕਹਿਣਾ ਹੈ ਦੀਵਾਨੀ ਜੋ ਵੀ ਮੰਗਦੇ ਨੇ ਦੀਵਾਨੇ ਜੋ ਵੀ ਮੰਗਦੇ ਨੇ ਦੀਵਾਨੇ ਜੋ ਵੀ ਮੰਗਦੇ ਨੇ ਮੇਰੀ ਸਰਕਾਰ ਦਿੰਦੇ ਨੇ ਦੀਵਾਨੇ ਜੋ ਵੀ ਮੰਗਦੇ ਨੇ ਮੇਰੀ ਸਰਕਾਰ ਦਿੰਦੇ ਦੀਵਾਨੇ ਜੋ ਵੀ ਮੰਗਦੇ ਨੇ ਮੇਰੀ ਸਰਕਾਰ ਕਹਿੰਦੇ ਨੇ ਦੀਵਾਨੇ ਜੋ ਵੀ ਮੰਗਦੇ ਨੇ ਮੇਰੀ ਸਰਕਾਰ ਕਹਿੰਦੇ ਨੇ ਕਰਮ ਕਰਦੇ ਨੇ ਜਿਸ ਦੇ ਕਰਮ ਕਰਦੇ ਨੇ ਜਿਸ ਦੇ ਤਸਲਾ ਪਾਰ ਦਿੰਦੇ ਦੀਵਾਨੇ ਜੋ ਵੀ ਮੰਗਦੇ ਨੇ ਮੇਰੀ
सरकार दीवानी तू भी मंगती है मेरी सरकार कर्म कर देने जिस वेले कर्म कर देने जिस वेले सरकार दीवानी तू भी मंगती है मेरी सरकार प्यार दे मैनू मेरे सरकार दे मैने दिला से प्यार दे मैनू मेरे कम खार दे मैने कर्म कर देने जिस वेले कर्म कर देने जिस वेले इन गला मार देने कुछ भी कोल नहीं रखते ते सब कुछ बार देंदे ने कुछ भी कोल नहीं रखते सब कुछ बार देंदे ने कर्म कर देने जिस वेले कर्म कर देने जिस वेले ए नखला तार देंदे ने दीवाने जो भी मंगदे ने मेरी सरकार देंदे ने दीवाने जो भी मंगदे ने मेरी सरकार देंदे ने कर्म कर देने जिस वेले कर्म कर देने जिस वेले दीवाने जो भी मंगते ने मेरी सरकार देने अरशाने तारे अरे गैर समझी ना अरे गैर समझी ना पौना हारी दे प्यारे पूजा धारी दे प्यारे अरे गैर समझी ना अरे गैर समझी ना पौना हारी दे प्यारे Thank you.
ਸਾਡੇ ਸਤਿਕਾਰਯੋਗ ਬਾਬਾ ਜੀ ਭਗਤ ਕਪਿਲ ਕੁਮਾਰ ਜੀ ਅਸੀਂ ਬੇਨਤੀ ਕਰਦੇ ਹਾਂ ਦਰਬਾਰ ਦੇ ਵਿੱਚ ਆ ਕੇ ਸੰਗਤਾਂ ਨੂੰ ਦਰਸ਼ਨ ਦਿਓ ਸਾਨੂੰ ਦਰਸ਼ਨ ਦੇ ਕੇ ਨਿਹਾਲ ਕਰੋ ਕਿਉਂਕਿ ਸੰਗਤਾਂ ਉਹ ਡੀਕਦੀਆਂ ਅੱਜ ਤੁਹਾਡੇ ਦਰਬਾਰ ਦੇ ਵਿੱਚ ਆਏ ਨੇ ਇਹਨਾਂ ਦੀ ਹਾਜ਼ਰੀ ਪ੍ਰਵਾਨ ਕਰੋ ਤਾਂ ਕਿ ਸਾਡੀ ਹਾਜ਼ਰੀ ਪ੍ਰਵਾਨ ਹੋ ਸਕੇ ਬਾਬਾ ਜੀ ਦੇ ਕਦਮਾਂ 'ਚ ਹਾਜ਼ਰੀ ਲੱਗ ਸਕੇ ਬੋਲੀਏ ਸਾਚੇ ਦਰਬਾਰ ਕੀ ਜੈ ਬੋਲੀਏ ਸਾਚੇ ਦਰਬਾਰ ਕੀ ਜੈਕਾਰਾ ਪਾਉਣਾ ਹਾਰੀ ਦਾ ਬੋਲੀਏ ਸਾਚੇ ਦਰਬਾਰ ਕੀ ਜੈ ਹਾਂਜੀ ਬਾਬਾ ਜੀ ਤੋ ਬਾਬਾ ਜੀ ਦੀ ਹਜ਼ੂਰੀ ਦੇ ਵਿੱਚ ਬੈਠੀ ਸੰਗਤਾਂ ਨੂੰ ਅੱਜ ਦੇ ਇਸ ਵਿਸ਼ਾਲ ਚੌਂਕੀ ਦੀਆਂ ਲੱਖ ਲੱਖ ਮੁਬਾਰਕਾਂ ਸਾਡੇ ਭਗਤ ਕਪਿਲ ਕੁਮਾਰ ਜੀ ਥੋੜ੍ਹੀ ਦੇਰ ਤੱਕ ਤਸ਼ਰੀਫ ਫਰਮਾਨ ਹੋਣਗੇ ਸੁਣਨ ਵਾਸਤੇ ਆਸਨ ਸੱਜ ਚੁੱਕੇ ਨੇ ਸੁਣਨ ਦੇ ਕਦਮਾਂ 'ਚ ਬੈਠ ਕੇ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਾਂਗੇ ਔਰ ਬੜੀਆਂ ਹੀ ਖੂਬਸੂਰਤ ਬੜੀਆਂ ਹੀ ਪਿਆਰੀਆਂ ਪਿਆਰੀਆਂ ਸੁੰਦਰ ਸੁੰਦਰ ਹਾਜ਼ਰੀਆਂ ਬਾਬਾ ਜੀ ਦੇ ਭਜਨਾਂ ਦੇ ਨਾਲ ਆਪ ਜੀ ਦੇ ਸਨਮੁੱਖ ਪੇਸ਼ ਕਰ ਰਹੇ ਨੇ ਛੋਟਾ ਵੀਰ ਪਰਮ ਫਿਰੋਜ਼ ਅਤੇ ਆਓ ਅਗਲੀ ਹਾਜ਼ਰੀ ਅਤੇ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਉਹਨਾਂ ਭਗਤਾਂ ਨੂੰ ਜਿਹੜੇ ਅੰਦਰ ਬੈਠੇ ਨੇ ਦੇਖੋ ਸੰਗਤ ਬਾਹਰ ਆਣ ਕੇ ਬੈਠੀ ਹੈ ਭੈਣਾਂ ਬੈਠੀਆਂ ਨੇ ਸਾਰੇ ਵੀਰ ਵੀ ਬੈਠੇ ਨੇ ਸੋ ਜਿੰਨੇ ਵੀ ਸੇਵਾਦਾਰ ਨੇ ਜਿੰਨੇ ਵੀ ਬਾਬਾ ਜੀ ਦੇ ਦਰਬਾਰ ਦੇ ਸੇਵਾਦਾਰ ਨੇ ਬਹੁਤ ਸਤਿਕਾਰਯੋਗ ਨੇ ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਬਾਬਾ ਜੀ ਦੇ ਆਸ਼ੀਰਵਾਦ ਸਦਕਾ ਸਾਲਾਨਾ ਹਰ ਸਾਲ ਇਹ ਵਿਸ਼ਾਲ ਚੌਂਕੀ ਕਰਵਾਈ ਜਾਂਦੀ ਹੈ ਔਰ ਜਿਸ ਵਿੱਚ ਪੰਜਾਬ ਦਾ ਨੇ ਹਿੰਦੁਸਤਾਨ ਦਾ ਉਹ ਕਲਾਕਾਰ ਇਸ ਮੰਚ 'ਤੇ ਬਾਬਾ ਜੀ ਦਾ ਗੁਣਗਾਨ ਕਰਕੇ ਜਾਂਦਾ ਹੈ ਕਿ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਇੱਕ ਵਾਰੀ ਬਾਬਾ ਜੀ ਦੇ ਨਾਮ ਦੀ ਤਾੜੀ ਮਾਰ ਦਿਓ ਜ਼ੋਰਦਾਰ ਤਾੜੀ ਮਾਰ ਕੇ ਆਪਾਂ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦਾ ਆਸ਼ੀਰਵਾਦ ਲਈਏ ਅਤੇ ਆਓ ਅਗਲੀ ਹਾਜ਼ਰੀ ਪਰਮ ਫਿਰੋਜ਼ ਜੀ ਤਾਂ ਜੀ ਪੌਣਾ ਹਾਰੀ ਸਰਕਾਰ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰੀ ਕਹਿਣ ਜਾ ਰਹੇ ਹਾਂ ਕਿ ਗੁਫਾ ਦੇ ਆਵਾਸੀਆ ਕਰਾਨਾ ਇੰਤਜ਼ਾਰ ਵੇ ਤੇਰੇ ਭਗਤ ਕਰਨ ਰਜੋਈ ਆਵਾਂ ਜਾਵਾਂ ਤੇਰੇ ਬਦਲੇ ਮੇਰਾ ਕੰਮ ਨਾ ਪਹਾੜਾਂ ਵਿੱਚ ਕੋਈ ਇਹ ਬਾਬਾ ਜੀ ਦੇ ਸੇਵਕ ਕਹਿ ਰਹੇ ਨੇ ਤਾਂ ਆਹ ਹਾਜ਼ਰੀ ਲਗਾਉਣੀ ਬਾਬਾ ਜੀ ਦੇ ਕਦਮਾਂ ਵਿੱਚ ਬਹੁਤ ਸੁੰਦਰ ਹਾਜ਼ਰੀ ਹਾਂਜੀ ਕਿਸੇ ਸ਼ਾਇਰ ਨੇ ਲਿਖਿਆ ਕਿ ਜਿੰਨਾ ਮੰਦੀਆਂ ਦੇ ਸਿਰ ਤੇ ਪੀਰ ਚੰਗੇ ਉਹ ਤਾਂ ਮੰਦੀਆਂ ਜਹਾਨੋ ਚੰਗੀਆਂ ਨੇ ਇੱਕ ਸੰਗੀਆਂ ਸੰਗਣਾ ਇੱਕ ਸੰਗੀਆਂ ਸੰਗਣਾ ਮੂਲ ਰਲੀਆਂ ਰਲੀਆਂ ਸੋ ਜੋ ਮੂਲ ਨਾ ਸੰਗੀਆਂ ਨੇ ਇੱਕ ਪਾਕ ਪੀਆ ਦੀ ਇੱਕ ਇੱਕ ਪਾਕ ਪੀਆ ਦੀ ਸਹਿਜ ਮਾਨਣ ਤੇ ਇੱਕ ਜੋਗੀ ਬਿਨਾ ਸਿਰੂ ਨੰਗੀਆਂ ਨੇ ਮੇਰਾ ਜੋਗੀ ਕਰੇ ਨਜ਼ਰ ਕਰਮ ਵਾਲੀ ਮੋਹ ਮਿਲਣ ਮੁਰਾਦਾਂ ਮੰਗੀਆਂ ਨੇ ਕਿ ਮਾੜੀਆਂ ਨੂੰ ਸੀਨੇ ਲਾਇਆ ਮਿਹਰਬਾਨੀ ਸੋਹਣੀਆਂ ਮਾੜੀਆਂ ਨੂੰ ਸੀਨੇ ਲਾਇਆ ਮਿਹਰਬਾਨੀ ਸੋਹਣੀਆਂ
ہر بلا کے خیر پایا تیری مہربانی سونیا تو بابا جی دے چرنا جی حاضری بھائی ساری سنگت نے بچے بھی بیٹھے نے سیانے بھی بیٹھے نے بھگت جن بیٹھے نے سارے نے حاضری لگانی ہے تاڑی لگا کے میٹھے میٹھے تاڑی لگا کے میرے نال کہنا ہے ہاں جی تیرا وال بھی گانا ہوئے
ਲੋਕਾਂ ਪਾਣੇ ਮੈਂ ਹੱਸਦੀ ਵਸਦੀ ਦਿੱਲੀ ਅੰਦਰੋਂ ਅੰਦਰੀ ਰੋਵੇ ਵਸਦਾ ਰਵੇ ਬਾਬਾ ਤੇਰਾ ਇਹ ਦੁਬਾਰਾ ਖੁਸ਼ੀ ਬੱਚਿਆਂ ਨੂੰ ਤੋਂ ਦੇਵੇ ਸਹਾਰਾ ਤਾਈਓ ਆਇਆ ਅੱਜ ਤਾਈਓ ਆਇਆ ਅੱਜ ਤਾਈਓ ਆਇਆ ਚੱਲ ਤੇਰੇ ਸਾਡੇ ਮਾਤਾ ਜੀ ਬਹੁਤ ਸਾਰਾ ਪਿਆਰ ਸਤਿਕਾਰ ਆਸ਼ੀਰਵਾਦ ਦੇ ਕੇ ਗਏ ਨੇ ਬਾਬਾ ਜੀ ਮੇਰ ਭਰਿਆ ਹੱਥ ਰੱਖਣਾ ਇਹਨਾਂ ਬੱਚਿਆਂ 'ਤੇ ਵੀ ਸਾਡੇ 'ਤੇ ਵੀ ਇਹਨਾਂ ਸੰਗਤਾਂ 'ਤੇ ਵੀ ਇਸ ਤਰ੍ਹਾਂ ਇਹ ਰੌਣਕਾਂ ਲੱਗੀਆਂ ਰਹਿਣ ਬਾਬਾ ਜੀ ਦੇ ਦੁਆਰੇ ਦੇ ਉੱਤੇ ਅਤੇ ਮੈਂ ਕੀ ਕਰ ਰਿਹਾ ਅੱਜ ਬਾਬਾ ਜੀ ਦੇ ਨਾਮ ਦਾ ਬਾਬਾ ਜੀ ਦੇ ਨਾਮ ਦਾ ਪਾਉਣਾ ਹਰੀ ਸਰਕਾਰ ਦੇ ਨਾਮ ਦਾ ਧੂਣਾ ਲੱਗਿਆ ਇਸ ਧੂਣੇ ਵਿੱਚ ਸ਼ਾਮਿਲ ਹੋਏ ਨੇ ਕੌਣ ਕੌਣ ਸ਼ਾਮਿਲ ਹੋਏ ਨੇ ਆਓ ਮੈਂ ਦੱਸ ਰਿਹਾ ਅੱਜ ਤੁਸੀਂ ਸ਼ਾਮਿਲ ਹੋਏ ਹੋ ਦੇਵੀ ਦੇਵਤੇ ਇਕੱਠੇ ਹੋ ਕੇ ਬਾਬਾ ਜੀ ਦੇ ਧੂਣੇ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਤੇ ਕੀ ਕਰ ਰਹੇ ਨੇ ਤੇਰੇ ਮਸਤ ਮਲੰਗਾ ਨੇ ਧੂਣਾ ਲਾਇਆ ਧੂਣਾ ਲਾਇਆ ਤੇਰੇ ਮਸਤ ਮਲੰਗਾ ਨੇ ਧੂਣਾ ਲਾਇਆ ਧੂਣਾ ਲਾਇਆ ਤੇਰੇ ਮਸਤ ਮਲੰਗਾ ਨੇ ਧੂਣਾ ਲਾਇਆ ਧੂਣਾ ਲਾਇਆ ਸੱਚੇ ਦਰਬਾਰ ਕੀ ਜਰਾ ਜ਼ੋਰ ਨਾਲ ਬੋਲੋ ਮੇਰੇ ਤੱਕ ਨਹੀਂ ਆਵਾਜ਼ ਆ ਰਹੀ ਬੋਲੋ ਸੱਚੇ ਦਰਬਾਰ ਕੀ ਕਿਆ ਬਾਤ ਹੈ ਜੀ ਇਸੇ ਤਰ੍ਹਾਂ ਹਾਜ਼ਰੀ ਲਗਾਉਂਦੇ ਜਾਣਾ ਔਰ ਸਾਡੇ ਬਾਬਾ ਜੀ ਭਗਤ ਕਪਿਲ ਕੁਮਾਰ ਜੀ ਅਸੀਂ ਬੇਨਤੀ ਕਰਦੇ ਹਾਂ ਕਿ ਸਾਨੂੰ ਦਰਸ਼ਨ ਦੇ ਕੇ ਨਿਹਾਲ ਕਰਨ ਸੰਗਤਾਂ ਨੂੰ ਨਿਹਾਲ ਕਰਨ ਬਾਬਾ ਜੀ ਚੜ੍ਹਦੇ ਕਲਾ 'ਚ ਰੱਖਣਾ ਆਸ਼ੀਰਵਾਦ ਬਹੁਤ ਸਾਰਾ ਆਸ਼ੀਰਵਾਦ ਸੰਗਤਾਂ ਭਗਤਾਂ ਵੱਲੋਂ ਬਾਬਾ ਜੀ ਦੇ ਸੇਵਕ ਪਰਮ ਸੇਵਕਾਂ ਵੱਲੋਂ ਹਾਜ਼ਰੀ ਆ ਰਹੀ ਹੈ ਬਾਬਾ ਜੀ ਚੜ੍ਹਦੇ ਕਲਾ 'ਚ ਰੱਖਣਾ ਹਾਜ਼ਰੀਆਂ ਪ੍ਰਵਾਨ ਕਰਨਾ ਬੋਲੀਏ ਸੱਚੇ ਦਰਬਾਰ ਕੀ ਇਹ ਧੂਣਾ ਵੇਖਣ ਲਈ ਅੱਜ ਕੌਣ ਕੌਣ ਆ ਰਿਹਾ ਬੜੀ ਬੜੀ ਦੂਰੋਂ ਸੰਗਤਾਂ ਆ ਰਹੀਆਂ ਨੇ ਭੋਲਾ ਸ਼ੰਕਰ ਜੀ ਆ ਰਹੇ ਨੇ ਕੈਲਾਸ਼ ਪਰਬਤ ਨਾਲ ਗੌਰਾ ਜੀ ਨੂੰ ਲਿਆ ਰਹੇ ਨੇ ਹੋਰ ਕੌਣ ਕੌਣ ਆ ਰਿਹਾ ਉਹ ਵੀ ਮੈਂ ਦੱਸਾਂਗਾ ਤੇਰੇ ਧੂਣੇ ਵੇਖਣ ਲਈ ਸ਼ਿਵ ਜੀ ਚੱਲ ਕੈਲਾਸ਼ ਆਏ ਬ੍ਰਹਮਾ ਜੀ ਹੁਣ ਬ੍ਰਹਮਾ ਜੀ ਆ ਰਹੇ ਨੇ ਤੇਰਾ ਧੂਣਾ ਵੇਖਣ ਲਈ ਬ੍ਰਹਮਾ ਬ੍ਰਹਮੀ ਲੋਕ ਵਿੱਚ ਆਏ ਉਹ ਬ੍ਰਹਮੀ ਲੋਕ ਵਿੱਚ ਆਏ ਨਾਲ ਸਰਸਵਤੀ ਜੀ ਨੂੰ ਲਿਆਏ ਤੇਰੇ ਸੱਚੇ ਧੂਣੇ ਤੋਂ ਤੇਰੇ ਸੱਚੇ ਧੂਣੇ ਤੋਂ ਸੰਤਾਂ ਰੱਜ ਰੱਜ ਦਰਸ਼ਨ ਪਾਇਆ
ملنگانے چھوڑا لایا چھوڑا لایا تیرے مست ملنگانے چھوڑا لایا چھوڑا لایا विष्णु स्वर्ग लोक तो आए ओ स्वर्ग लोक तो आए स्वर्ग लोक तो आए संग लक्ष्मी जी नु ले आए तेरे सच्चे तूने तो तेरे सच्चे तूने तो संगता रज रज दर्शन पाया तेरे मस्त मलंगारे झूला लाया झूला लाया तेरे मस्त मलंगारे थूला लाया थूला लाया तेरे मस्त मलंगारे तेरे मस्त मलंगारे थूना लाया तेरा थूना देखने लई शिवजी चल कैलाशों आए चल कैलाशों आए संग गौरा जी नु लियाए तेरा थूना देखने लई ब्रह्मा ब्रह्म लोक चो आए ते संग किनू लियाए मां सरस्वती जी नु लियाए तेरा तूना देखने लई विष्णु भगवान जी वैकुंठ तो आए संग लक्ष्मी माता जी नु लियाए अज देवी देवते इकट्ठे होके इस घड़ी इस पल नु मान रहे ने जिवें तुसी मान रहे हो तो बाबा जी दे कदमां च हाजरियां जिन्हां दियां बाबा जी दे नाल इन्हां दे चरणां दे नाल प्रेम लपिया है उन्हां वास्ते मैं कह रहा हां लगियां प्रेम दियां अखियां नीवां तुसी ताड़ी लगा के मेरे नाल गा भी सकदे हो बैठे नहीं रहना ताड़ी भी लगाओ नाल गा के भी हाजरी लगाओ सारी संगत की कहना है गुरु साहिबान फरमाउंदे ने कि जिन प्रेम कियो तिन ही प्रभु पायो एक गल्ला एक मंजिला उही तय कर सकदा है जिनू प्रेम दी सार होवे भक्ति दी सार होवे संगत दी सार होवे सेवा दी सार होवे सिमरन दी सार होवे तो की कह रहे हां आ हाजरी लगाउणी है लगियां प्रेम दियां लगियां प्रेम दियां अखियां नीवां नाल पौणा हारी ने लगियां प्रेम दियां अखियां नीवां नाल पौणा हारी ने नाल पौणा हारी ने नाल दूजा तारी ने नाल पौणा हारी ने नाल पौणा हारी ने नाल दूजा तारी ने पालिया परी तो पक्या नी मां लगिया प्रेम दिया अखिया नी मां पौना हरी दे ਪੱਕੀਆਂ ਨੀ ਮਾਂ ਨਾਲ ਪੌਣਾ ਹਾਰੀ ਲੱਗੀਆਂ ਪਰੇਮ ਦੀਆਂ
ਸੱਚੇ ਦਰਬਾਰ ਕੀ ਜੈ ਜਕਾਰਾ ਪਾਣਾ ਹਾਰੀ ਦਾ ਬੋਲੀਏ ਸੱਚੇ ਦਰਬਾਰ ਕੀ ਜੈ ਭਾਜੀ ਦਾ ਸਮਾਂ 2 ਵਜੇ ਤੱਕ ਦੱਸਿਆ ਸੀ ਫਿਰ ਬੇਨਤੀ ਕੀਤੀ ਕਿ ਇਹ 2:30 ਵਜੇ ਤੱਕ ਠੀਕ ਹੈ ਜੀ 2:30 ਵਜੇ ਤੱਕ ਵੀਰ ਦਾ ਸਮਾਂ ਫਿਰ ਉਸ ਤੋਂ ਬਾਅਦ ਰਾਗਾਂ ਤੇ ਸੁਰਾਂ ਦੀ ਤਰਜਮਾਨੀ ਕਰਦੀ ਆਵਾਜ਼ ਪੰਜਾਬੀ 뮤직 ਇੰਡਸਟਰੀ ਦਾ ਬਹੁਤ ਸੁਰੀਲਾ ਕਲਾਕਾਰ ਸ਼ਹਿਰ ਜਲੰਧਰ ਤੋਂ ਹਰਜੀਤ ਹੀਰਾ ਐਂਡ ਪਾਰਟੀ ਜੋ ਕਿ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦੇ ਭਜਨਾਂ ਦੇ ਨਾਲ ਆਪ ਨਿਹਾਲ ਕਰਨਗੇ ਜਿਨ੍ਹਾਂ ਨੂੰ ਅਕਸਰ ਤੁਸੀਂ ਯੂਟਿਊਬ ਤੇ ਫੇਸਬੁੱਕ ਤੇ ਬਹੁਤ ਸਾਰੀਆਂ ਉਹਨਾਂ ਦੀਆਂ ਇਹ ਭਜਨਾਂ ਨੂੰ ਤੁਸੀਂ ਪਿਆਰ ਦਿੱਤਾ ਮੁਹੱਬਤ ਦਿੱਤੀ ਹੈ ਸੋ ਉਹ ਕਲਾਕਾਰ ਠੀਕ 2:30 ਵਜੇ ਦੇ ਨਾਲ ਬਾਬਾ ਜੀ ਦੇ ਹੁਕਮ ਦੇ ਨਾਲ ਇਸ ਮੰਚ ਤੇ ਬਾਬਾ ਜੀ ਦਾ ਗੁਣਗਾਨ ਕਰੇਗਾ ਤੇ ਬਾਬਾ ਜੀ ਬਸ ਥੋੜ੍ਹੀ ਦੇਰ ਤੱਕ ਸਾਡੇ ਭਗਤ ਕਪਿਲ ਜੀ ਪੰਡਾਲ ਦੇ ਵਿੱਚ ਬਿਰਾਜਮਾਨ ਹੋਣ ਜਾ ਰਹੇ ਨੇ ਸਾਰੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਸ਼ਿੱਦਤ ਦੇ ਨਾਲ ਬੈਠ ਕੇ ਅੱਜ ਦੇ ਇਸ ਪਾਵਨ ਚੌਂਕੀ ਦੇ ਵਿੱਚ ਹਾਜ਼ਰੇ ਭਰੋ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਜੈ ਬਾਬਾ ਜੀ ਤਾਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਇਸ ਦਰਬਾਰ ਦੇ ਜੋ ਸੇਵਾਦਾਰ ਹਨ ਔਰ ਪ੍ਰਬੰਧਕ ਕਮੇਟੀ ਜਿਹਨੇ ਮੈਂਬਰ ਸਵਾਨ ਔਰ ਸਪੈਸ਼ਲੀ ਸਤਿਕਾਰਯੋਗ ਭਗਤ ਕਪਿਲ ਜੀ ਜਿਨ੍ਹਾਂ ਵੱਲੋਂ ਅੱਜ ਸੰਗਤਾਂ ਦੀ ਹਾਜ਼ਰੀ ਲਗਾਈ ਜਾ ਰਹੀ ਹੈ ਮੇਰੇ ਪਾਉਣਾ ਹਾਰੀ ਸਰਕਾਰ ਦੇ ਪਾਵਨ ਚਰਨਾਂ ਦੇ ਵਿੱਚ ਤਾਂ ਆਓ ਸਰਕਾਰ ਦੀ ਹਾਜ਼ਰੀ ਅਤੇ ਫੁੱਲਾਂ ਦੀ ਵਰਖਾ ਹੋ ਰਹੀ ਹੈ ਪਾਉਣਾ ਹਾਰੀ ਦੇ ਦਰਬਾਰ 'ਤੇ ਕਿਵੇਂ ਵਰਖਾ ਹੁੰਦੀ ਹੈ ਤਾਂ ਜਿਹਨਾਂ ਭੰਗੜਾ ਪਾਉਣਾ ਹੈ ਉਹ ਭੰਗੜਾ ਵੀ ਪਾ ਸਕਦੇ ਨੇ ਨੱਚ ਕੇ ਵੀ ਹਾਜ਼ਰੀ ਲਗਾ ਸਕਦੇ ਨੇ ਬੈਠ ਕੇ ਵੀ ਹਾਜ਼ਰੀ ਲਗਾ ਸਕਦੇ ਨੇ ਸੰਗਣਾ ਨਹੀਂ ਆਕਣਾ ਨਹੀਂ ਅਤੇ ਅੱਜ ਥੱਕਣਾ ਨਹੀਂ ਬਾਬਾ ਜੀ ਦੇ ਦਰਬਾਰ 'ਤੇ ਹਾਜ਼ਰ ਹੋਏ ਹਾਂਜੀ ਤਾਂ ਬਾਬਾ ਜੀ ਆ ਰਹੇ ਨੇ ਸਾਡੇ ਪਰਮ ਪੂਜੇ ਆਦਰਣੀਯ ਬਾਬਾ ਜੀ ਭਗਤ ਕਪਿਲ ਕੁਮਾਰ ਜੀ ਜੋ ਕਿ ਇਸ ਪੰਡਾਲ ਦੀ ਰੌਣਕ ਔਰ ਸ਼ਾਨ ਨੂੰ ਵਧਾਉਣਗੇ ਚਾਰ ਚੰਨ ਲਾਉਣਗੇ ਉਹਨਾਂ ਦੇ ਆਉਣ 'ਤੇ ਅਸੀਂ ਹੋਰ ਹਾਜ਼ਰੀਆਂ ਭਰਪੂਰ ਕਰਾਂਗੇ ਬਾਬਾ ਜੀ ਦੇ ਕਦਮਾਂ ਦੇ ਵਿੱਚ ਤਾਂ ਅਸੀਂ ਬੇਨਤੀ ਕਰਦੇ ਹਾਂ ਜਲਦ ਤੋਂ ਜਲਦ ਸਾਡੀਆਂ ਹਾਜ਼ਰੀਆਂ ਪ੍ਰਵਾਨ ਕਰਨ ਦੇ ਲਈ ਇਸ ਦਰਬਾਰ ਦੇ ਵਿੱਚ ਆਉਣਾ ਹੈ ਆਓ ਹਾਜ਼ਰੀ ਲਗਾ ਰਹੇ ਹਾਂ ਮੇਰੇ ਜੋਗੀ ਦੀ ਸਿਫਤੀ ਨਾ ਮੇਰੇ ਜੋਗੀ ਦੀ ਸਿਫਤੀ ਨਾ ਲਿਖੀ ਜਾਵੇ ਤੇ ਸੱਤਾਂ ਸਾਗਰਾਂ ਦੀ ਪਾਵੇ ਸਿਆਈ ਹੋਵੇ ਬੇਸ਼ੱਕ ਅਰਸ਼ ਫਰਸ਼ ਬਣ ਜਾਣ ਕਾਗਜ਼ ਪਰ ਫਿਰ ਨਾ ਪੂਰੀ ਲਖਾਈ ਹੋਵੇ ਅਲਿਮਤ ਸਿਮਰੀ ਪਾਣਾ ਹਰੀ ਦੀ
ਸਾਡੇ ਜੀ ਦੇ ਕੋਲੋਂ ਇਹ ਨਸਫਤੀ ਕਰਈ ਹੋਵੇ ਫੁੱਲਾਂ ਦੀ ਵਰਖਾ ਲਾਈ ਪਾਉਣਾ ਹਾਰੀ ਨੇ ਸੰਗਤਾਂ ਦੀ ਝੋਲੀ ਵਿੱਚ ਪੈ ਕੇ ਪਾਉਂਦਾ ਪਿਆਰ ਜੰਜੀਰਾਂ ਦੀ ਜੋਗੀ ਦੇ ਦਰ ਤੇ ਇੱਕ ਹੀ ਫੁੱਲ ਨੇ ਜੋਗੀ ਦੇ ਦਰ ਤੇ ਇੱਕ ਹੀ ਫੁੱਲ ਨੇ ਸਾਰੇ ਕਸ਼ਮੀਰੀ ਬਹਾਰ ਤੇ ਫੁੱਲਾਂ ਦੀ ਵਰਖਾ ਫੁੱਲਾਂ ਦੀ ਵਰਖਾ ਫੁੱਲਾਂ ਦੀ ਵਰਖਾ ਹੋ ਰਹੀ ਹੈ ਕੋਈ ਫੁੱਲ ਬੜਾ ਅਣਮੁੱਲਾ ਦੀ ਫੁੱਲ ਬੜਾ ਅਣਮੁੱਲਾ ਦੀ ਫੁੱਲ ਬੜਾ ਅਣਮੁੱਲਾ ਦੀ ਚੋਰੀ ਸਭ ਦੀ ਭਰ ਦੇਂਦੇ ਪਾਉਣਾ ਹਾਰੀ ਦਾ ਦਰ ਖੁੱਲਾ ਦੀ ਹਾਰੀ ਦਾ ਦਰ ਖੁੱਲਾ ਦੀ ਪਾਉਣਾ ਹਾਰੀ ਦਾ ਦਰ ਖੁੱਲਾ ਦੀ ਪਾਉਣਾ ਹਾਰੀ ਦਾ ਦਰ ਖੁੱਲਾ ਦੀ ਹਰ ਚੋਲੀ ਵਿੱਚ ਫੁੱਲ ਨੂੰ ਪਾ ਕੇ ਹਰ ਚੋਲੀ ਵਿੱਚ ਫੁੱਲ ਨੂੰ ਪਾ ਕੇ ਸਭ ਦੇ ਤਾਜ ਸਵਾਰ ਤੇ ਫੁੱਲਾਂ ਦੀ ਵਰਖਾ ਫੁੱਲਾਂ ਦੀ ਵਰਖਾ ਫੁੱਲਾਂ ਦੀ ਵਰਖਾ ਹੋ ਰਹੀ ਹੈ ਪਾਉਣਾ ਹਾਰੀ ਦੇ ਦਰਬਾਰ ਤੇ ਫੁੱਲਾਂ ਦੀ ਵਰਖਾ ਹੋ ਰਹੀ ਹੈ ਦਰਬਾਰ ਤੇ ਫੁੱਲਾਂ ਦੀ ਵਰਖਾ ਫੁੱਲਾਂ ਦੀ ਵਰਖਾ ਹੋ ਰਹੀ ਹੈ ਪਾਉਣਾ ਹਾਰੀ ਦੇ ਦਰਬਾਰ ਤੇ ਬਹੁਤ ਸਾਰੀ ਮਾਇਆ ਦੇ ਨਾਲ ਸੰਗਤਾਂ ਵੱਲੋਂ ਹਾਜ਼ਰੀ ਹੈ ਆਸ਼ੀਰਵਾਦ ਆਇਆ ਬਾਬਾ ਜੀ ਦੀ ਕਿਰਪਾ ਹੋ ਰਹੀ ਹੈ ਤਾਂ ਕੀ ਕਹਿ ਰਹੇ ਨੇ ਸੰਗਤ ਪੁੱਛਦੀ ਉਹ ਸੰਗਤ ਪੁੱਛਦੀ ਸੰਗਤ ਪੁੱਛਦੀ ਜੋਗੀ ਦਾ ਕਾਰੀ ਸੰਗਤ ਪੁੱਛਦੀ ਜੋਗੀ ਦਾ ਕਾਰੀ ਉੱਚਾ ਮੰਦਿਰ ਹੋਈ ਉੱਚਾ ਮੰਦਿਰ ਉੱਚਾ ਮੰਦਿਰ ਗੁਫਾ ਦੇ ਵਿੱਚ ਮਿਲਦੀ ਹੈ ਖੀਰ ਪੁਰਾ ਦੀ ਨਾਲੇ ਰੋਟੀਆਂ ਤੇ ਮਿਲਦੀ
खीर जागी दी उठे पहनानू उठे पहनानू उठे पहनानू वंडे देने वीर गुराना नंदे पहनानू वंडे देने वीर जागी दी संगत पूछी दी गुराना करके ਪਾਗਾ ਵਾਲੇ ਉਹ ਨਸੀਬਾ ਵਾਲੇ ਨੇ ਜਿਨ੍ਹਾਂ ਨੂੰ ਇਹ ਦਰ ਮਿਲਿਆ ਹੈ ਪਾਣਾ ਹਰੀ ਸਰਕਾਰ ਮੇਰੀ ਮਹਾਮਾਈ ਜੀ ਦੇ ਚਰਨਾਂ ਦੇ ਵਿੱਚ ਅੱਜ ਹਾਜ਼ਰੀ ਲੱਗ ਰਹੀ ਹੈ ਜਿਨ੍ਹਾਂ ਨੇ ਦਰ ਮਿਲ ਗਿਆ ਉਹ ਨਸੀਬਾ ਵਾਲੇ ਉਹ ਪਾਗਾ ਵਾਲੇ ਉਹਨਾਂ ਦਾ ਜਨਮ ਸਫਲਾ ਹੋ ਗਿਆ 84 ਦਾ ਗੇੜ ਕੱਟ ਗਿਆ ਉਹ ਸੰਗਤ ਹੈ ਪਾਗਾ ਵਾਲੀ ਜਿਸ ਨੂੰ ਦਰ ਮਿਲਦਾ ਹੈ ਜਿਸ ਨੂੰ ਦਰ ਮਿਲਦਾ ਘਰ ਵਿੱਚ ਫੁੱਲੀਆਂ ਖੇਡੇ ਖੁਸ਼ੀ ਨਾਲ ਦਿਲ ਖਿਲਦਾ ਹੈ ਖੁਸ਼ੀ ਨਾਲ ਦਿਲ ਖਿਲਦਾ ਹੈ ਸਾਗਰ ਵਰਗੇ ਅੱਜ ਤੇ ਸੰਗਤੋਂ ਸਾਗਰ ਵਰਗੇ ਅੱਜ ਤੇ ਸੰਗਤੋਂ ਪਾਉਣਾ ਹਰੀ ਨੇ ਤਾਰ ਤੇ ਫੁੱਲਾਂ ਦੀ ਵਰਖਾ ਫੁੱਲਾਂ ਦੀ ਵਰਖਾ ਫੁੱਲਾਂ ਦੀ ਵਰਖਾ ਹੋ ਰਹੀ ਹੈ ਪਾਉਣਾ ਹਰੀ ਦੇ ਦਰਬਾਰ ਤੇ ਫੁੱਲਾਂ ਦੀ ਵਰਖਾ ਹੋ ਰਹੀ ਹੈ ਹੋ ਰਹੀ ਹੈ ਤੋਰਾ ਹਰੀ ਦੇ ਦਰਬਾਰ ਤੇ ਮੈਂ ਆਪਣਾ ਲਾਹੀਆਂ ਵੇ ਮੈਂ ਆਪਣਾ ਲਾਹੀਆਂ ਵੇ ਜੋਗੀਆਂ ਲੱਗੀਆਂ ਜੋੜਾ ਗੋਰੀ ਜੋਗੀਆਂ ਲੱਗੀਆਂ ਜ਼ੋਰਾ ਜ਼ੋਰੀ ਮੈਨੂੰ ਤੇਰੀਆਂ ਲੋੜਾਂ ਨੇ ਕਿ ਬਾਲਕਾ ਤੂੰ ਮੁਖੜਾਣਾ ਮੋੜੀ ਬਾਬਾ ਜੀ ਦੇ ਭਗਤ ਬਾਬਾ ਜੀ ਦੇ ਮਸਤਾਨੇ ਦੀਵਾਨੇ ਹਾਜ਼ਰੀ ਭਰਪੂਰ ਕਰ ਰਹੇ ਨੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਦੋ ਹੱਥਾਂ ਨਾਲ ਤਾੜੀ ਲਗਾ ਕੇ ਬਾਬਾ ਜੀ ਦੇ ਕਦਮਾਂ 'ਚ ਹਾਜ਼ਰੀ ਲਗਾਉਣੀ ਹੈ ਬੈਠਣ ਨਹੀਂ ਰਹਿਣਾ ਤੋ ਅਸੀਂ ਬੇਨਤੀ ਕਰਦੇ ਹਾਂ ਸਾਡੇ ਬਾਬਾ ਜੀ ਦਰਸ਼ਨ ਦਿਓ ਸਾਡੀਆਂ ਹਾਜ਼ਰੀਆਂ ਪ੍ਰਵਾਨ ਕਰੋ ਅਸੀਂ ਤੁਹਾਡੇ ਬੱਚੇ ਹਾਂ ਔਰ ਇਸ ਦਰ ਘਰ ਦੇ ਨਾਲ ਅੱਜ ਸਾਡੀ ਇਹ ਜੋ ਪਿਆਰ ਬਣਿਆ ਹੈ ਤੁਹਾਡੇ ਚਰਨਾਂ ਦੇ ਨਾਲ ਇਹ ਸਦਾ ਬਰਕਰਾਰ ਰਹੇ ਆਸ਼ੀਰਵਾਦ ਚਾਹੁੰਦੇ ਹਾਂ ਬਾਬਾ ਜੀ ਤੋਂ ਔਰ ਸਾਡੇ ਬਹੁਤ ਹੀ ਪਰਮ ਪੂਜਿਆ ਆਦਰਣੀਯ ਭਗਤ ਕਪਿਲ ਕੁਮਾਰ ਜੀ ਅਸੀਂ ਚਾਹਾਂਗੇ ਕਿ ਦਰਬਾਰ ਦੇ ਵਿੱਚ ਆ ਕੇ ਸਾਡੀਆਂ ਹਾਜ਼ਰੀਆਂ ਨੂੰ ਫਲ ਲਾਓ ਤਾਂ ਕਿ ਸਾਡੀਆਂ ਹਾਜ਼ਰੀਆਂ ਵੀ ਤੁਹਾਡੇ ਚਰਨਾਂ ਦੇ ਵਿੱਚ ਲੱਗ ਸਕਣ ਤਾਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸਮਸਤ ਮੰਦਰ ਕਮੇਟੀ
جنہیں بھی بھگت جن سیوہ دار اس در کرتے حاضری پر بھول کر رہے ہیں لگا رہے ہیں ساڑیاں حاضریاں انہوں نے چرمہ دے چلا کر رہی ہیں کیونکہ آپ نہیں لگ دیا یہ لگ جان دیا نے کوئی آپ نہیں لاسکتا جرت مالک دے کرپا ہوئے وہی دارہ ہوندہ ہے جرت مالک دے کرپا ہوئے وہی کرو چلے کے ہوندہ ہے جرت مالک دے کرپا ہوئے میرے بابا پونا ہاری دے کرپا ہوئے جتھے مرجی کوئی ہوئے دربار چاہوندہ ہے کیونکہ بابا جی آپ بلا لیندے نے آپ کھچ کے لیندے یہ پریت لگی ہے بابا جی دنال تو کی کرے ہیں میں اپنا لائیاں میں اپنا لائیاں میں اپنا لائیاں سمست میں مندر کمیٹی ولوں اور بابا جی ولوں بہت ساری مائے دنال شیرواد پرابت ہو رہے ہیں بابا جی میرے پرے ہاتھ رکھنا ساڑھے تے بھی اور اسے طرح شیرواد پرشش کر دے رہنا اور سانو درشن دے کے نحال کرنا سنتہ آیا ہویا سنتہ نے تو آڑے اڑی کوئی بیٹھے ہیں آکے حاضریاں تو آڑے نام دیا حاضریاں جو لگ رہی ہیں تو آج ساڑھیاں حاضریاں پروان کرنی ہیں بلے ساتھے دروار کی جائے سو بابا جی دی پیاری ساتھ سنگت بابا جی دے پاک قدمہ چھے بیٹھے ہو سید جوگی بابا بالکنار جی ناجرے پیار کر دیکھ بری انہ دے نام دے یور دا تاڑی مار کے سب تو پہلا شیر بھالے جنہ دا سانو بڑی بے سبرینہ انتظار سے مندر شیف بھگت بابا بالکنار جی اور ماتا ویشنو جی ریجسٹر 3357 جیدے مکھ سنچالک گدی نشین بھگت کپل کمار جی پہنچ رہے نے سو کوئی بھی سنگت یڑی ہے وہ بیٹھی نہ روے سارا نے اٹھ کے اپا بابا جی دے سواگت کرنا بھئی کیونکہ انہ دے شیر با صدقہ یہ وشال چونکہ بڑی شرد اپا امنا نال کروائی جاندی ہے اور اس دے وچے بڑے اچھے اچھے فنکار کلاکار حاضریں پڑھ دینے تے بابا جی پہنچ رہے نے ساری سنگتہ ایک بار اٹھ کے بھائی سارے سنگتہ اٹھ کے سارے جنہیں بھی بیٹھے نے میرے پینا جنہیں بھی میرے ویر بیٹھے نے سارے آپا اٹھ کے بابا جی دا تاڑیاں دے نال سواگت کرنا ہے جنہیں جنہیں بابا جی نہ پیار کر دنے سارے ایک بار دونوں سارے اٹھ ہو گئے سارے حضور مہاراج جی پہنچ رہے نے بھگت کپل کمار جی گدی نشین نے مکھ سنچالک نے مندر شری بھگت بابا بالکنار جی اشوک جی نو بینتی کروں گا ساری کمیٹی نو سیوہ دارا نو کہ بابا جی نو تشریف فرمان ہون سنگتاں دا انتظار کر رہی ہیں تی پھر نالی پرم فیروز بابا جی دا گنگان کرنگے ایک یور دا تاڑی مار کے بابا جی دا سی سواگت کریے بہت بہت اسی ہاتھ دیکھے بنندن کر دیا سو سمچے سیوہ دار سو بھگت کپل کمار جی ساڑھے شیو مندر بابا بالکنار جی دے مکھ سنچالک نے گدی نشین نے بھگت کپل جی سو ایک باری پھر یوردہ تاڑی مار کے ساری سنگت پیار رہ لو تے ہونا آپ اپنی جگہ تے بیٹھ کے بابا جی دا سی اشیر والے یہ بھی یہ جو سلانہ وشال چونکی سر جو گی بابا بالکنار جی اشوک بھائی ایم سی صاحب بہت بہت تھینک یو ساڑے کچھ خاص مہمان بھی ہونے نے سب سے پہلا حاضری میرے چھوٹے ویر پرم فیروز جی تو آج جس کڑی جس پالدہ سانو بے صبری نال انتظار سی وہ کڑیاں وہ بے صبری وہ پال ساڑے سفل ہوئے نے تاکہ بابا جی ساڑے بہت ہی پرم پوجی آدھنی ہے بابا جی بھگت کپل کمار جی جنہ دی شتر شایا ہیٹ یہ آج پروگرام کرایا جا رہے ہیں بابا جی دے نام دی چونکی ماں ہمائی جی دے نام دی چونکی کرائی جا رہی ہیں کیونکہ کہندے نے کہ شاہ بنا پات نہیں تے گرو بنا گات نہیں ہوں دے اسی طرح ہی آج ساڑی پات اور مات دی لاج بابا جی نے رکھنی ہے میں کوٹ ان کوٹ پرنام کر دا ہاں بابا جی دے چرنا دے وچے بھگت جی دے چرنا دے وچے اور یہ اشیرواد چاہوں دا ہے کہ انہا سنگتاں دے میر پریا ہاتھ بنائی رکھو بابا جی اسے طرح ہی ساڑھے تے
ਸਾਡੇ ਸਿਰਾਂ ਤੇ ਵੀ ਮਿਹਰ ਭਰਿਆ ਹੱਥ ਬਣਾਏਗਾ ਆਪਣੇ ਚਰਨਾਂ ਨਾਲ ਲਾਈ ਰੱਖਣਾ ਬੋਲੀਏ ਸਾਚੇ ਦਰਬਾਰ ਕੀ ਜੈ ਤੋ ਆ ਜੀ ਪੌਣਾ ਹਰੀ ਸਰਕਾਰ ਜੀ ਦੇ ਪਾਵਨ ਚਰਨਾਂ ਦੀ ਹਾਜ਼ਰੀ ਤਾਂ ਬਾਬਾ ਜੀ ਦੇ ਕਦਮਾਂ ਜਿਸ ਤਰ੍ਹਾਂ ਅਸੀਂ ਹਾਜ਼ਰੀ ਲਗਾਉਂਦੇ ਜਾਣਾ ਹੁਣ ਬਾਬਾ ਜੀ ਆ ਗਏ ਨੇ ਥੋੜਾ ਰੰਗ ਹੋਰ ਬਣ ਜਾਣਾ ਹੁਣ ਹਾਂਜੀ ਵੇ ਜੋਗੀ ਤੇਰੇ ਵੇਖਣ ਨੂੰ ਚੁੱਕ ਚਰਕਾ ਗਲੀ ਵਿੱਚ ਡਾਵਾਂ ਵੇ ਜੋਗੀ ਤੇਰੇ ਵੇਖਣ ਨੂੰ ਚੁੱਕ ਚਰਖਾ ਗਲੀ ਵਿੱਚ ਡਾਵਾਂ ਕਿ ਲੋਕਾਂ ਪਾਣੇ ਸੂਤ ਕੱਤਦੀ ਤੰਦ ਤੇਰਿਆ ਦੁਖਾਂ ਦੀ ਪਾਵਾਂ ਕੀ ਕਹਿਣਾ ਵੇ ਮਨਮੋਹਣਿਆ ਬਾਲਕਨਾਥਾ ਸਾਨੂੰ ਕਦੋਂ ਬੁਲਾਵੇਗਾ ਮਨਮੋਹਣਿਆ ਬਾਲਕਨਾਥਾ ਵੇ ਤੂੰ ਕਦੋਂ ਬੁਲਾਵੇਗਾ ਵੇ ਮਨਮੋਹਣਿਆ ਬਾਲਕਨਾਥਾ ਤਾਂ ਸਾਡੇ ਬਾਬੂ ਜੀ ਵਿੱਕੀ ਬੇਕਰੀ ਵਾਲੇ ਅਸੀਂ ਉਹਨਾਂ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਸਾਡੇ ਬਾਬਾ ਜੀ ਆਏ ਨੇ ਚਰਨਾਂ 'ਚ ਪ੍ਰਣਾਮ ਕਰਦੇ ਹਾਂ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਬੋਲੀਏ ਸਾਚੇ ਦਰਬਾਰ ਕੀ ਦਿਕਾਰਾ ਪਾਉਣਾ ਹਰੀ ਦਾ ਬੋਲੀਏ ਸਾਚੇ ਦਰਬਾਰ ਕੀ ਹਾਂਜੀ ਇੱਥੇ ਆ ਜਾਓ ਬਾਬਾ ਜੀ ਆ ਜਾਓ ਵੇ ਮਨਮੋਹਣਿਆ ਬਾਲਕਨਾਥਾ ਸਾਨੂੰ ਕਦੋਂ ਬੁਲਾਵੇਗਾ ਵੇ ਮਨਮੋਹਣਿਆ ਬਾਲਕਨਾਥਾ ਸਾਨੂੰ ਕਦੋਂ ਬੁਲਾਵੇਗਾ ਵੇ ਮਨਮੋਹਣਿਆ ਬਾਲਕਨਾਥਾ ਸਾਨੂੰ ਕਦੋਂ ਬੁਲਾਵੇਗਾ ਕਿਆ ਬਾਤ ਹੈ ਜੀ ਬਹੁਤ ਬਹੁਤ ਸ਼ੁਕਰਗੁਜ਼ਾਰ ਜੀ ਨਿਤੇਸ਼ ਸ਼ਰਮਾ ਜੀ ਵਿੱਕੀ ਬੇਕਰੀ ਵਾਲੇ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਬਾਬਾ ਜੀ ਦੇ ਕਰਮਾਂ 'ਚ ਹਾਜ਼ਰੀ ਲਗਾਉਣ ਦੇ ਲਈ ਆ ਰਹੇ ਨੇ ਬੋਲੀਏ ਸਾਚੇ ਦਰਬਾਰ ਕੀ ਜੈ ਵੇ ਮਨਮੋਹਣਿਆ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਿਕਾਰ ਬਾਬਾ ਜੀ ਵੱਲੋਂ ਔਰ ਸਾਡੇ ਪਰਮ ਪੂਜੇ ਆਦਰਣੀ ਨਿਤੇਸ਼ ਸ਼ਰਮਾ ਜੀ ਉਹਨਾਂ ਵੱਲੋਂ ਹਾਜ਼ਰੀ ਆਈ ਹੈ ਅਸੀਂ ਪ੍ਰਣਾਮ ਕਰਦੇ ਹਾਂ ਬਾਬਾ ਜੀ ਦੇ ਕਰਮਾਂ 'ਚ ਔਰ ਸਾਡੇ ਭਗਤ ਕਪਿਲ ਕੁਮਾਰ ਜੀ ਉਹਨਾਂ ਵੱਲੋਂ ਹਾਜ਼ਰੀ ਆਈ ਹੈ ਅਸੀਂ ਦਰਬਾਰ ਦੀ ਹਾਜ਼ਰੀ ਪ੍ਰਵਾਨ ਬੋਲੀਏ ਸਾਚੇ ਦਰਬਾਰ ਕੀ ਕਰੋ ਪਾਵਾ ਹਰੀ ਦਾ ਸਾਚੇ ਦਰਬਾਰ ਕੀ ਸਾਰੀ ਸੰਗਤ ਨੇ ਬੋਲਣਾ ਹੈ ਤਾੜੀ ਲਗਾਉਣੀ ਹੈ ਮੇਰੇ ਨਾਲ ਕਹਿਣਾ ਹੈ ਵੇ ਮਨਮੋਹਣਿਆ ਬਾਲਕਨਾਥਾ ਸਾਨੂੰ ਕਦੋਂ ਬੁਲਾਵੇਗਾ ਵੇ ਮਨਮੋਹਣਿਆ ਬਾਲਕਨਾਥਾ ਸਾਨੂੰ ਕਦੋਂ ਬੁਲਾਵੇਗਾ ਵੇ ਮਨਮੋਹਣਿਆ ਬਾਲਕਨਾਥਾ ਸਾਨੂੰ ਕਦੋਂ ਬੁਲਾਵੇਗਾ ਵੇ ਮਨਮੋਹਣਿਆ ਵੇ ਮਨਮੋਹਣਿਆ ਵੇ ਮਨਮੋਹਣਿਆ ਵੇ ਮਨਮੋਹਣਿਆ ਬਾਲਕਨਾਥਾ ਸਾਨੂੰ ਕਦੋਂ ਬੁਲਾਵੇਗਾ ਵੇ ਮਨਮੋਹਣਿਆ ਮਨਮੋਹਣਿਆ ਤਾਲੀ ਲਗਾਉਂਦੇ ਰਹੋ ਕਿਉਂਕਿ
मेरी खुशी का टिकाणा हुण कोई नहीं क्योंकि बाबा जी आ चुके ने। मैं बड़े चिर का इंतजार कर रहा सी कि सानू दर्शन हो, तुहानू भी दर्शन हो रहे, सारे दर्शन हो रहे ने, किन्हां नूं दर्शन हो रहे ने। ताड़ी लगा के हाथ उपर करके हाजरी लगानी है, हेठा नहीं हाथ रखने, हाथ उपर करके बाबा जी के कदमों से हाजरी, मेरे सरकार के कदम पाना हरी सरकार, सारे मेहरबान है, तुम्हें हाथ उपर करके जरा जलेबी वांग सीधे हाथ उपर कर दो, जलेबी जिदा सीधी होंगी है, क्या बात है। बड़े साचे दरबार की बेमन मोनिया, बेमन मोनिया, बेमन मोनिया, बेमन मोनिया, बालकना था सानू कदू बुलावेगा, तेरा छा चलाइया डेरा सानू कदू बुलावेगा, सिंगी मैं बनाई बाबा तेरे वास्ते, बनाई बाबा तेरे वास्ते, एक सिंगी मैं 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 बनाई बाबा तेरे वास्ते, नाले गाले विच पाई बाबा तेरे वास्ते, नाले गाले विच पाई बाबा तेरे वास्ते, मेरे आसाइया सिर दे आसाइया मेरे खसमा तारी आ गए, एक सिंगी मैं बनाई बाबा तेरे वास्ते, एक सिंगी मैं बनाई बाबा तेरे वास्ते, गाले गाले विच पाई बाबा तेरे वास्ते, गाले गाले विच पाई बाबा तेरे वास्ते, मन मोनिया, मन मोनिया, मन मोनिया, मन मोनिया, बालकना था सानू कदू बुलावेगा, तेरा छा तलाइया डेरा सानू कदू बुलावेगा, फरमाइश आ चुकी है, हुक्म हो चुका है। बाबा तेरे झंडे नूं सितारे लगे हुए ने, इन्हां दित्ता जोगिया नजारे लगे हुए ने, पक्की कह जा रहे हैं। होर एक सिख करवी अरदास आशीर्वाद बाबा जी के पावन चरणों की हाजरी, बहुत सारे माया दे नाल हाजरी, बाबा जी बच्चों के मेहर भरे हाथ रखना, होर बहुत सारे माया दे नाल हाजरी, साडे भैन जी अरदासा करा रहे हैं, बाबा जी मेहर भरे हाथ रखना। बोलिए साचे दरबार की के बाबा तेरे झंडे नू सितारे लगे हुए ने, और साडे सरदार साहब 51 रुपये होर हाजरियां, हाँ जी गेट खाली कर देना जी, हुक्म होया बाबा जी वालों, हुक्म है गेट के सामने जा फ्रंट ते नहीं बैठना, और बहुत सारे माध्यम साडे सरदार साहब बाबा जी के सेवक बहुत सारे माध्यम हाजरियां लगा रहे हैं, बाबा जी मेहर भरे हाथ रखना, आशीर्वाद इसी तरह देंदे रहना, होर 51 रुपये हाजरी बाबा जी के नाम दिया हाजरियां आ रही ने, बाबा जी सब तो मेहर भरिया हाथ रखना, की कर रहे हो, और साडे माता जी बहुत सारा आशीर्वाद, संगतां दे नाम दिया हाजरियां, बाबा जी के नाम दिया पौना हरी सरकार, भगत कपिल कुमार जी जिन्हां दे छत्र छाया हेठ अज दा इह चौंकी कराई जा रही है, आओ संगत दे नाल हाजरी लगाउणी है, सारे संगत ने कहना है करे
101 ਰੁਪਿਆ ਹੋਰ ਹਾਜ਼ਰੀ ਔਰ 55 ਰੁਪਿਆ ਹਾਜ਼ਰੀ ਆਸ਼ੀਰਵਾਦ ਦੇ ਨਾਲ ਬਾਬਾ ਜੀ ਦੇ ਕਦਮਾਂ 'ਚ ਹਾਜ਼ਰੀਆਂ ਆ ਰਹੀਆਂ ਬਾਬਾ ਜੀ ਛੱਡ ਦੇ ਕਲਾ ਚੱਲਣਾ ਕਹਿਣਾ ਇੱਕ ਤੂੰ ਨਾ ਕਰੇ ਬਾਬਾ ਥੈਂਕਸ ਬਾਬਾ ਆਸ਼ੀਰਵਾਦ ਬਾਬਾ ਜੀ ਦੇ ਸੇਵਕਾਂ ਵੱਲੋਂ ਇੱਕ ਤੂੰ ਨਾ ਕਰੇ ਜੋਗੀ ਹੋਰੀ ਕਰੇ ਕਹਿਣਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਲੋਕੀ ਤੱਕਦੇ ਨੇ ਐਬ ਗੁਨਾਹ ਮੇਰੇ ਤੇ ਮੈਂ ਤੱਕਦਾ ਰਹਿਮ ਤਾਂ ਤੇਰੀਆਂ ਤੇਰੇ ਨਾਮ ਬਿਨਾ ਇੱਕ ਤੇਰੇ ਨਾਮ ਬਿਨਾ ਇੱਕ ਤੇਰੇ ਨਾਮ ਬਿਨਾ ਇੱਕ ਤੇਰੇ ਨਾਮ ਬਿਨਾ ਮੈਨੂੰ ਕੌਣ ਗਰੀਬ ਨੂੰ ਜਾਣਦਾ ਤੇਰਾ ਨਾਂ ਲੈ ਕੇ ਉਹ ਲੰਘ ਪਾਰ ਜਮਾ ਤੇ ਮੈਨੂੰ ਆਸਰਾ ਤੇਰੇ ਨਾਮ ਦਾ ਹਾਂਜੀ ਵੇਖੋ ਜੀ ਪ੍ਰਬੰਧਕ ਜੋ ਕਹਿ ਰਹੇ ਨੇ ਉਹਨਾਂ ਦੀ ਗੱਲ ਜ਼ਰੂਰ ਮੰਨਣੀ ਇਹ ਬਾਬਾ ਜੀ ਦਰਬਾਰ ਹੈ ਤੁਹਾਨੂੰ ਸਮਾਂ ਮਿਲੇਗਾ ਬਾਬਾ ਜੀ ਦਰਬਾਰ 'ਚ ਜਿਵੇਂ ਜਿਵੇਂ ਹੁਕਮ ਹੁੰਦਾ ਜਾਏ ਕਹਿਣਾ ਜੋਗੀਨਾਥ ਨੂੰ ਪਸੰਦ ਕਿਵੇਂ ਆਈ ਮੋਹ ਕੁਝ ਭੋਲ ਸਿੰਘੀਏ ਇਹ ਬਾਬਾ ਜੀ ਦੀ ਹਾਜ਼ਰੀ ਹੈ ਨਾਲ ਨਾਲ ਮੈਂ ਵੀ ਗਾਵਾਂਗਾ ਨਾਲ ਕਹਿਣਾ ਕਿ ਬਾਬਾ ਤੇਰੇ ਝੰਡੇ ਨੂੰ ਤਾਰੇ ਲੱਗੇ ਹੋਏ ਨੇ ਆ ਮੇਰੇ ਨਾਲ ਪਿੱਛੇ ਬੋਲਣਾ ਜੀ ਬਾਬਾ ਤੇਰੇ ਝੰਡੇ ਨੂੰ ਜੋਗੀ ਤੇਰੇ ਝੰਡੇ ਨੂੰ ਸਿਤਾਰੇ ਲੱਗੇ ਹੋਏ ਨੇ ਜੋਗੀ ਤੇਰੇ ਝੰਡੇ ਸਿਤਾਰੇ ਲੱਗੇ ਹੋਏ ਨੇ ਇਹਨਾਂ ਕਿੱਦਾਂ ਜੋਗੀਆਂ ਇਹਨਾਂ ਕਿੱਦਾਂ ਜੋਗੀਆਂ ਨਜ਼ਾਰੇ ਲੱਗੇ ਹੋਏ ਨੇ ਜੋਗੀ ਤੇਰੇ ਝੰਡੇ ਸੱਚ ਦਾ ਦਰਬਾਰ ਆ ਮੇਰੇ ਪਾਉਣਾ ਹਾਰੀ ਸਰਕਾਰ ਦਾ ਦਰਬਾਰ ਹੈ ਜਿਹਨਾਂ ਨੂੰ ਸਾਈਕਲਾਂ ਤੋਂ ਕਾਰਾਂ ਮਿਲੀਆਂ ਨੇ ਤੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਸਾਈਕਲਾਂ ਤੋਂ ਕਾਰਾਂ ਤੇ ਆ ਜਾਈਏ ਉਹ ਵੀ ਤਾੜੀ ਲਗਾ ਕੇ ਹੱਥ ਲਗਾ ਲੈ ਕਾਰਾਂ ਮਿਲ ਜਾਣਗੀਆਂ ਕਹਿਣਾ ਸਾਈਕਲਾਂ ਤੋਂ ਸਾਨੂੰ ਜੱਗ ਕਾਰਾਂ ਦੇ ਦਿੱਤੀਆਂ ਉਜੜੇ ਹੋਏ ਬਾਗਾਂ ਨੂੰ ਭੁੱਖੇ ਸੌਣ ਵਾਲੇ ਜੋਗੀ ਅੱਜ ਰੱਜੇ ਹੋਏ ਨੇ ਇਹਨਾਂ ਦਿੱਤਾ ਜੋਗੀਆ
खाते हैं बाबा जी खाते रहेंगे तेरे टुकड़े खाते हैं खाते रहेंगे जब तक जिएंगे गुलामी करेंगे तेरे जाते गुलामी मिल जाए तो बंदा बादशाह तुम्हें बेहतर हो जाएगा जिन्होंने इन्होंने दार की गुलामी मिल जाती है तो की कहना है मंगते पल्ला भारी दिता तू बाबा शुक्रगुजार हैं साढ़े बाबा जी जिन्हें वाले बहुत सारा मान बख्शा जा रहे हैं तो की कह रहे हैं नजारे लगे हुए ने नजारे लगे हुए पसंद किमी आई मुंह खुद बोल सिंगे जोगीनाथ नु पसंद किमी आई मुंह खुद बोल सिंगे बोल सिंगे मुंह बोल सिंगे जोगीनाथ नु पसंद किमी आई जोगीनाथ नु पसंद किमी आई मुंह खुद हाजरी में कह जा रहा सारी संगत मेरे नाल हाजरी लगाने कह रहा है तू ना तेरे ही नाम ना लाया छेतिया का पता हारिया तू ना तेरे ही नाम ना लाया छेतिया का पता हारिया
بابا تیری نید پاؤن نو روز بھی بنایا تیرا پاؤن بھی لباؤن نو دل بنا کر بابا تیری نید پاؤن رنگ بھی بنایا تیرا پاؤن بھی لباؤن نو نال کھلا تیری نال کھلا تیری نال کھلا تیری چوکی نو سجایا کھیتی آجا پاؤن بولیے ساچے دربار کی جکارا پونا ہاری دا بولو ساچے دربار کی چلو جی دوسری ٹیم جو ہے وہ بھی پہنچ چکی ہے جا تک انہوں دا بیلنس ہوندا ہے تو اور بابا جی دے حکم دے نال آو ایک دو حاضری ہور لگاؤنے ہاں اور کہندے نے کہ ایک بابا جی دے قدماں وچ میں حاضری لگان جا رہے ہاں کہ ایسا نہیں پاؤنیاں جو گیا وے مندرا لالا جنہ زور وے تو لا سکدا ساڈے کناں وچ مندرا نہیں پا سکدا بابا گورکھناتھ جی ٹلے والے سرکار اور پونا ہاری سرکار جدو انہاں دا وارتالاپ ہویا او ساکھی آؤندی ہے میں تانوں سنان جا رہے ہاں کہ جدو بابا جی بورڈ دے ہیٹھ دھونی رما کے سمادھی وچ لین نے بابا گورکھناتھ جی ادھر گزر رہے نے اپنے چیلیاں دے نال کہندے نے حضور جدو جا رہے انہوں نے دیکھا بڑا سونا بالک ہے سنہری جٹاواں نے اور دھونی رمائی ہوئی ہے چہرے تے بڑا نور ہے تیز بابا گورکھناتھ جی کہندے دل چ وچار آیا کہ اینوں اپنا چیلا بنا لینا چاہیے بابا گورکھناتھ جی جدوں بابا جی کول گئے پونا ہری سرکار کول بابا بالکناتھ جی کول جا کے کیا کہ اے بالک سانوں ویکھ اسی کون آ اے جی تسی کون بابا جی تے جانی جان سن اے کوتک سی ایک چمتکار وکھاونا سی کیونکہ دنیا ادوں تک کسی نوں گرو نہیں مندی پیر نہیں مندی فقیر نہیں مندی جد تک وہ چمتکار نہ دکھائے کہندے نے کہ بابا جی تسی کون ہے میں اسی پچھانیا نہیں تانوں بابا گورکھناتھ جی کہندے ہوئے سانوں نہیں پچھانیا اسی سدھ جوگیاں سدھ ہاں ردیاں سدھیاں دے مالک ہاں ساڈا نا گورکھناتھ ٹلے والا کہندے تے میرے لائق کوئی سیوا ہوئے تے دسو جی کہندے کہ اسی تینوں اپنا چیلا بناونا چاہنے ہاں جے تو کسے دا ہنکار توڑنا ہوئے کیڑی کو بھی ہاتھی نوں مروا دیندے نے یہ میری سرکار ہے کہندے نے اسی تہانوں اپنا چیلا بناونا چاہنے ہاں بابا جی کہندے کہ اسی تے گرو دتاتری جی دے چیلے ہاں شنکر بھگوان دے پیارے ہاں مستانے ہاں تسی سیوا دسو کیونکہ گرو ایک ہوندا ہے تے سیوا نے ایک ہوندی ہے بابا گورکھناتھ جی غصے وچ آن کے کہندے نے کہ انہاں دے کناں دے وچ مندرا اپنے چیلے نوں کہندے پا دیو زبردستی ساڈے ناں دی مندرا پا دیو بابا گورکھناتھ جی اپنی مہما دس رہے نے کی کہہ رہے نے آؤ کہ اساں نہیں پاؤنیاں جو گئی ہوے مندرا لالا جنہ زور وے تو لا سکدا ساڈے کناں وچ مندرا نہیں کیا بات ہے جی بہت بہت شکر گزار بابا جی دے جی میں کہ ساڈے نیتے شرما جی بھی وکی بیکری والے ویکھو ہاتھ جوڑ کے کھڑے نے بابا جی دے چرنا دے ایدے ٹلے دے جا کے بابا گورکھناتھ دے ہاتھ کنہاں نے جوڑے سن بھگوان شری رام جی انہاں دے بھراتا چھوٹے بھراتا لکشمن جی نے لکھن جی نے جا کے کیونکہ لکشمن جی بھی ایک کردی سدھیاں دے مالک سن کہ ٹلے جا کے جوگی دے ہاتھ جوڑے سانو اپنا کرو فقیر سائیں تیرے درش دیدار دے پاونے نوں آیا دیس پردیس میں چیر سائیں کدے پپل دے بوٹے نوں نہ پھل لگ دے دودھا باج نہ رجدی کھیر سائیں کن پڑ کے چیتی میرے پاؤں مندرا اسی ہی چیلے تے تسی او پیر سائیں بابا گورکھناتھ جی کہندے ساڈی اے مہم او دورو دورو راجے مہاراجے آ کے ساڈا چیلا بنن نوں ترسدے نے اوے ساڈے نام دیاں مندرا پاونا چاہندے نے تو سانو نہ کر رہیا ایک چھوٹا جا بالک ہو کے سانو نہ کر رہیا بابا بالکناتھ جی اگوں کی جواب دے رہے نے ذرا غور کرنا اساں نہیں پاونیاں گورکھا وے مندرا لالا جنہ زور وے تو لا
ਸਕਦਾ ਹਾਂਜੀ ਸਾਡੇ ਕੰਨਾਂ ਵਿੱਚ ਮੁੰਦੀਰਾ ਨਹੀਂ ਪਾ ਸਕਦਾ ਸਾਡੇ ਕੰਨਾਂ ਵਿੱਚ ਮੁੰਦੀਰਾ ਨਹੀਂ ਪਾ ਸਕਦਾ ਸਾਡੇ ਹੈ ਕੰਨਾਂ ਵਿੱਚ ਮੁੰਦੀਰਾ ਨਹੀਂ ਪਾ ਸਕਦਾ ਪੌੜਾ ਹਰੀ ਸਰਕਾਰ ਕਹਿ ਰਹੇ ਨੇ ਕਿ ਤੁਹਾਡੀ ਮੈਂ ਇੱਜ਼ਤ ਕਰ ਰਿਹਾ ਤੁਸੀਂ ਮੇਰੇ ਬਜ਼ੁਰਗ ਹੋ ਤੁਹਾਡੀ ਇੱਜ਼ਤ ਕਰ ਰਿਹਾ ਤੁਹਾਡੀ ਗੱਲ ਵੀ ਮੰਨ ਰਿਹਾ ਪਰ ਇਹ ਗੱਲ ਨਹੀਂ ਜੇ ਮੰਨਣ ਚ ਆਉਣੀ ਗੁਰੂ ਅਸੀਂ ਪਾ ਲਿਆ ਉਹਨਾਂ ਦਾ ਨਾਮ ਚਾਹੀਦਾ ਸ਼ੰਕਰ ਭਗਵਾਨ ਦੇ ਅਸੀਂ ਮਸਤਾਨੇ ਹਾਂ ਕੀ ਕਹਿ ਰਹੇ ਨੇ ਤੇਰੀ ਜਿੱਤ ਮੈਂ ਕੀਤੀ ਤੇਰੀ ਹਰੀ ਗੱਲ ਮੰਨੀ ਹੈ ਜੋ ਆਕੜੀ ਤੇ ਤੇਰੀ ਅੱਜ ਕੁੱਟੀ ਕਹਿ ਦੋ ਭੰਨੀ ਮੈਂ ਸ਼ਿਵ ਸ਼ੰਕਰ ਦਾ ਚੇਲਾ ਸਾਡਾ ਮੌਜ ਮਣੀ ਦਾ ਮੇਲਾ ਮੈਂ ਤੇ ਸ਼ਿਵ ਸ਼ੰਕਰ ਦਾ ਮੈਂ ਤੇ ਸ਼ਿਵ ਸ਼ੰਕਰ ਦਾ ਚੇਲਾ ਸਾਡਾ ਮੌਜ ਮਣੀ ਦਾ ਮੇਲਾ ਮੈਂ ਤੇ ਚਿਮਟਾ ਤੇ ਚਿਮਟਾ ਵਜਾ ਲੱਗਦਾ ਸਾਡੇ ਕੰਨਾਂ ਵਿੱਚ ਮੁੰਦੀਰਾ ਨਹੀਂ ਪਾ ਸਕਦਾ ਸਾਡੇ ਕੰਨਾਂ ਵਿੱਚ ਮੁੰਦੀਰਾ ਨਹੀਂ ਪਾ ਸਕਦਾ ਸਾਡੇ ਕੰਨਾਂ ਵਿੱਚ ਮੁੰਦਰਾ ਨਹੀਂ ਪਾ ਸਕਦਾ ਬਾਬਾ ਜੀ ਨੇ ਇਹ ਖਿਆਲ ਕੀਤਾ ਹਜ਼ੂਰ ਬਾਬਾ ਜੀ ਨੇ ਖਿਆਲ ਕੀਤਾ ਪੌੜਾ ਹਰੀ ਸਰਕਾਰ ਨੇ ਕਿ ਜਿਵੇਂ ਵੀ ਹੋਵੇ ਭਾਵੇਂ ਹੰਕਾਰੀ ਨੇ ਪਰ ਮੇਰੇ ਬਜ਼ੁਰਗ ਨੇ ਮੇਰੇ ਗੁਰੂ ਸਮਾਨ ਨੇ ਮੈਂ ਇਹਨਾਂ ਦੇ ਨਾਲ ਕੋਈ ਗੱਲ ਨਹੀਂ ਕਰਨੀ ਬਾਬਾ ਪੌੜਾ ਹਰੀ ਸਰਕਾਰ ਜਾ ਰਹੇ ਨੇ ਮੋੜ ਦੀ ਸਵਾਰੀ ਕਰਕੇ ਸਾਰੀ ਸੰਗਤ ਨੇ ਜ਼ੋਰਦਾਰ ਤਾੜੀ ਲਗਾ ਕੇ ਹੁਣ ਹਾਜ਼ਰੀ ਲਗਾਉਣੀ ਕਹਿਣਾ ਪੌਣਾ ਹਰੀ ਉੱਡੀ ਗਿਆ ਮੋਰ ਬਣ ਕੇ ਪੌਣਾ ਹਰੀ ਉੱਡੀ ਗਿਆ ਮੋਰ ਬਣ ਕੇ ਉਹਨੂੰ ਵੱਲ ਸੀ ਉੱਡਣਦਾ ਪੌਣਾ ਹਰੀ ਉੱਡੀ ਗਿਆ ਮੋਰ ਬਣ ਕੇ ਉਹਨੂੰ ਵੱਲ ਸੀ ਉੱਡਣਦਾ ਮੈਂ ਵੀ ਉੱਡ ਜਾਵਾਂ ਤੇਰੀ ਜੋਰ ਬਣ ਕੇ ਮੈਂ ਵੀ ਉੱਡ ਜਾਵਾਂ ਤੇਰੀ ਜੋਰ ਬਣ ਕੇ ਮੈਨੂੰ ਵੱਲ ਨਹੀਂ ਉੱਡਣਦਾ ਪੌਣਾ ਹਰੀ ਉੱਡੀ ਗਿਆ ਮੋਰ ਬਣ ਕੇ ਉਹਨੂੰ ਵੱਲ ਸੀ ਉੱਡਣਦਾ ਉਹਨੂੰ ਵੱਲ ਸੀ ਉੱਡਣਦਾ ਪੌਣਾ ਹਰੀ ਉੱਡੀ ਗਿਆ ਮੋਰ ਬਣ ਕੇ ਉਹਨੂੰ
ਛੋਟੀ ਤਾੜੀ ਛੋਟੀ ਛੋਟੀ ਤਾੜੀ ਜਰਾ ਨਾਲ ਮੇਰੇ ਕਹਿਣਾ ਹੈ ਕੀ ਕਹਿਣਾ ਹੈ ਮੇਰੇ ਬਾਬੇ ਦਾ ਚਿਮਟਾ ਕਿੱਥੇ ਲੱਗਿਆ ਮੇਰੇ ਬਾਬੇ ਦਾ ਚਿਮਟਾ ਕਿੱਥੇ ਲੱਗਿਆ ਲਹਿਰਾ 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 ਲਹਿਰਾਂ ਬਹਿਰਾ ਹੋ ਗਈਆਂ ਜਿੱਥੇ ਜਿੱਥੇ ਵੱਜਿਆ ਲਹਿਰਾਂ ਬਹਿਰਾ ਹੋ ਗਈਆਂ ਜਿੱਥੇ ਜਿੱਥੇ ਵੱਜਿਆ ਲਹਿਰਾਂ ਬਹਿਰਾ ਹੋ ਗਈਆਂ ਜਿੱਥੇ ਜਿੱਥੇ ਵੱਜਿਆ ਲਹਿਰਾਂ ਬਹਿਰਾਂ ਲੱਗੀਆਂ ਤਾੜੀ ਲਗਾਉਣਗੇ ਜਿਨ੍ਹਾਂ ਨੂੰ ਨਹੀਂ ਲਹਿਰਾਂ ਬਹਿਰਾਂ ਲੱਗੀਆਂ ਚੁੱਪ ਕਰਕੇ ਬੈਠੇ ਰਹਿਣਗੇ ਦੋ ਹੱਥਾਂ ਨਾਲ ਤਾੜੀ ਉੱਪਰ ਹੱਥ ਕਰਕੇ ਜਰਾ ਸਾਡੇ ਮੂਵੀ ਵਾਲੇ ਭਾਈ ਸਾਹਿਬ ਤੁਹਾਡੀ ਵੀਡੀਓ ਬਣਾ ਰਹੇ ਨੇ ਪਤਾ ਲੱਗ ਜਾਣਾ ਕੌਣ ਕੌਣ ਤਾੜੀ ਲਗਾ ਰਿਹਾ ਚਿੰਤਾ ਵਜੀ ਆਸ਼ਾ ਕਲਾਈ ਜਿੱਥੇ ਰਹਿੰਦੀ ਰਤਨੁਮਾਈ ਚਿੰਤਾ ਵਜੀ ਆਸ਼ਾ ਕਲਾਈ ਜਿੱਥੇ ਰਹਿੰਦੀ ਰਤਨੁਮਾਈ ਮੇਰੇ ਬਾਬੇ ਦਾ ਚਿਮਟਾ ਕਿੱਥੇ ਵੱਜਿਆ ਮੇਰੇ ਬਾਬੇ ਦਾ ਚਿਮਟਾ ਲਹਿਰਾਂ ਬਹਿਰਾਂ ਹੋ ਗਈਆਂ ਜਿੱਥੇ ਜਿੱਥੇ ਵੱਜਿਆ ਲਹਿਰਾਂ ਬਹਿਰਾਂ ਹੋ ਗਈਆਂ ਜਿੱਥੇ ਜਿੱਥੇ ਵੱਜਿਆ ਚਿੰਤਾ ਵਜੇ ਅਗਰੂ ਨੇ ਚਾੜੀ ਜਿੱਥੇ ਬਾਬੇ ਨੇ ਲਾਈ ਤਾੜੀ ਚਿੰਤਾ ਵਜੇ ਅਗਰੂ ਨੇ ਚਾੜੀ ਜਿੱਥੇ ਵਜਿਆ ਚਿੰਤਾ ਵਜੇ ਅਗਰੂ ਨੇ ਚਾੜੀ ਜਿੱਥੇ ਬਾਬੇ ਨੇ ਲਾਈ ਤਾੜੀ ਚਿੰਤਾ ਵਜੇ ਅਗਰੂ ਨੇ ਚਾੜੀ ਜਿੱਥੇ ਬਾਬੇ ਨੇ ਲਾਈ ਤਾੜੀ ਮੇਰੇ ਬਾਬੇ ਦਾ ਚਿਮਟਾ ਕਿੱਥੇ ਵੱਜਿਆ ਮੇਰੇ ਬਾਬੇ ਦਾ ਚਿਮਟਾ ਕਿੱਥੇ ਵੱਜਿਆ ਲਹਿਰਾਂ ਬਹਿਰਾਂ ਹੋ ਗਈਆਂ ਜਿੱਥੇ ਜਿੱਥੇ ਵੱਜਿਆ ਲਹਿਰਾਂ ਬਹਿਰਾਂ ਹੋ ਗਈਆਂ ਜਿੱਥੇ ਜਿੱਥੇ ਵੱਜਿਆ ਬਾਬਾ ਜੀ ਦੇ ਦਰਬਾਰ ਤੇ ਢੋਲ ਇਹ ਨੌਬਤ ਤੇ ਧਮਾਲ ਕਿਵੇਂ ਪੈਂਦੀ ਹੈ ਮੇਰੇ ਸਾਜੀ ਵੀ ਦੱਸਣਗੇ ਤਬਲੇ ਤੇ ਢੋਲ ਦੇ ਨਾਲ ਹਾਂਜੀ ਤਾੜੀ ਲਗਾ ਕੇ ਤੁਸੀਂ ਲਾ ਦਿੱਤਾ ਮੇਰੇ ਬਾਬੇ ਦਾ ਚਿਮਟਾ ਪੌਣਾ ਹਰੀ ਦਾ ਚਿਮਟਾ ਕਿੱਥੇ ਵੱਜਿਆ ਪੌਣਾ ਹਰੀ ਦਾ ਚਿਮਟਾ ਕਿੱਥੇ ਵੱਜਿਆ ਤੇ ਮੇਰੇ ਨਾਲ ਕਹਿਣਾ ਨੀ ਜੱਟਾਵਾਂ ਸੋਹਣੀਆਂ ਨੀ ਜੱਟਾਵਾਂ ਸੋਹਣੀਆਂ ਜੱਟਾ ਜੀ ਨਾਗ ਮੇਲੇ ਨੀ ਜੱਟਾਵਾਂ ਸੋਹਣੀਆਂ ਜੱਟਾ ਜੀ ਨਾਗ ਮੇਲੇ ਜੱਟਾਵਾਂ ਸੋਹਣੀਆਂ ਜੱਟਾ ਜੀ ਨਾਗ ਮੇਲੇ ਬਾਬਾ ਪੌਣਾ ਹਾਰਿਆ ਬਾਬਾ ਦੂਦਾ ਤਾਰੀਆ ਤੈਨੂੰ ਯਾਦ ਕਰਾਂ ਹਰ ਵੇਲੇ ਬਹੁਤ ਬਹੁਤ ਧੰਨਵਾਦ ਬਾਬਾ ਸ਼ੁਕਰਗੁਜ਼ਾਰ ਹਾਂ ਸਾਡੇ ਬਾਬਾ ਜੀ ਬੋਲੀਏ ਸਾਚੇ ਦਰਬਾਰ ਕੀ ਜਕਾਰਾ ਪਾਉਣਾ ਹਰੀ ਦਾ ਬੋਲੋ ਸਾਚੇ ਦਰਬਾਰ ਕੀ ਇੱਕ ਵਾਰੀ ਜ਼ੋਰ ਨਾਲ ਬੋਲੋ ਜਕਾਰਾ ਪਾਉਣਾ ਹਰੀ ਦਾ ਬੋਲੋ ਸਾਚੇ ਦਰਬਾਰ ਕੀ ਇਸੇ ਤਰ੍ਹਾਂ ਰੌਣਕਾਂ ਲੱਗੀਆਂ ਰਹਿਣ ਇਸੇ ਤਰ੍ਹਾਂ ਹੀ ਸੰਗਤ ਦਰਬਾਰ ਸਨਮਾਨ ਹੈ ਪਰਮ ਫਿਰੋਜ਼ ਭਗਤ ਕਪਿਲ ਕੁਮਾਰ ਜੀ ਮੰਦਿਰ ਦੇ ਮੁੱਖ ਸੰਚਾਲਕ ਨੇ ਸਾਡੇ ਬਾਬਾ ਜੀ ਨੇ ਅਤੇ ਉਹ ਬਹੁਤ ਪਿਆਰੀ ਯਾਦ ਸੋ ਪਰਮ ਜੀ ਦੇ ਨਾਲ ਜਾਏਗੀ
بابا جی دی یاد جائے گی سو بابا ایک بڑی بابا جی دے نام دی یور دا تاڑی مار دے بابا جی دا جی میں حکم ہے انی حاضری قبول کریو دل چاہوں دا کہ بہت ساریاں حاضریاں پر سمیں دی نزاکت ہے پنجابی میوزک انڈسٹری دا بہت سریلا کلاکار راگاں تے سراں دی ترجمانی کر دی آواز اتھا محبت پیار آشیرواد ہر جاگرن تے کیرتن تے صوفی محفل تے بابا جی دی وشال چونکیاں تے تسی اس ویر نوں دتے ہاں یوٹیوب تے سرچ کرو تسی ہرجیت ہیرا بہت ساریاں حاضریاں بابا جی دے قدماں دے وچ سدھ جوگی بابا بالک ناتھ جی دے قدماں وچ حاضریاں تے اج بابا جی دے حکم صدقہ اج اس آواز نوں اس منچ تے صدا دینا ہے جتھے پاجی گھوندا بھی بہت ودھیا ہے تے گلاں بھی بڑیاں پیاریاں سنوندا ہے سچ جانے ہاں پاجی سچی گل کیتی ہے نا میں گائکی با کمال ہے ہرجیت ہیرا جی دی تے سنن والیاں گلاں جڑیاں زندگی دے وچ کم آون والیاں گلاں ایسا فنکار ساڈے حضور مہاراج بابا کپل شاہ جی جنہاں دی آشیرواد صدقہ ہرجیت ہیرا جی اس منچ تے حاضری پن گئے تے ایک تاڑی بابا جی دے نام دی یور دا تاڑی مار دو بھائی انہاں دے آشیرواد صدقہ سی بیٹھے صدقے جاواں مینوں پتہ ہے ہنے بابا جی آ گئے نا ہن سنگت دیکھو پیچھے تک ہو جانی ہے ہاں جی سو سارے نے بڑے سچے ہردے دے نال بیٹھ کے اج دی سی وصال چونکی دی وچ سدھ جوگی بابا بالک ناتھ جی دا آشیرواد لو کیونکہ مندر شری بھگت بابا بالک ناتھ یہ وہ پوتر استھان ہے جتھے سبنا دیا چولیاں پریاں جاندیاں تو بڑی ہی شدت دے نال بیٹھو ادھر ساجاں دا ویلنس ہونا ہے ہر ساج دا آپس وچ ملاپ ہونا مٹھا جا سر بن جانا مٹھا جا راگ بن جانا ہے پھر ہرجیت ہیرا جی اس منچ تے بابا جی دا گنگان کرن گے تے آؤ ایک جکارا بابا جی دا جڑے جڑے بابا جی نا پیار کر دے بھائی ہاتھ کوئی تھلے نہیں ہونا چاہیے ایک بڑی دونوں ہاتھ اوپر کھڑے کر کے سد کے جاواں بھگت جی نال کپل جی نال جڑے پیار کرتے ہیں دونوں ہاتھ اوپر کھڑے کر کے بابا جی دے نام دی تاڑی مارو جنہ دے سی پاک قدماں چ بیٹھے ہیں بھائی میں اکثر کیا کرتا کہ زندگی میں کبھی خوشی تو کبھی غم ہوتے ہیں تالیاں وہی بجاتے ہیں جن کے ہاتھوں میں دم ہوتے ہیں بابا جی نے آج شکتی دیتی انہاں دے نام دیاں آج تالیاں بجونی ہیں نام دے جکارے لگونے نے تے ایک گل میں ضرور کہوں گا کہ جنہ دی وڈے وڈے کلاکاراں نال یاری ہے سلیم فروز رنجیت بالا کلیر کنٹ نام لواں گا بڑا سما ہوئے گا کہ جنہ دی وڈے وڈے کلاکاراں نال یاری ہے ساڈے شہر دی نمبر ون ایس بی ساؤنڈ پیاری ایک تاڑی مار دے ایس بی ساؤنڈ سروس کیونکہ بابا جی دی پکی ساؤنڈ سروس ہے سو کوئی ایسا میلا نہیں ہونا جتھے ساڈے وشال چونکی نہیں ہونی جو پروگرام بھگت جی دا کپل جی دا ہووے تے ایس بی ساؤنڈ نہ ہووے سو تھینک یو ویری مچ شکریہ تے میں ہن تسی بھی جان دیو تے میں بھی جاندا کہ ساجاں دا بیلنس ہونا بڑا ضروری ہے مین مائک جڑا وا وہ آپ ایک منٹ رک جائیو بابا جی دے قدمہ چ ایک سو ایک روپیہ میری بہن ارداس کراندی ہے کہ بابا جی سبنا نو تسی پتر دی داد دیندے ہو اس پروار تے بھی میر کرو انہاں نو بھی پتر دی داد ملے ماتا رانی بابا جی سچ جوگی بابا بالک ناتھ جی بھگت جی دا آشیرواد ہوے گا تے ساڈے اج دے مکھ تیتھی بھی بس پہنچن والے نے تے پاجی اپا تھوڑا جا بیلنس کرا لیے شوقی ہاں ٹھیک ہے جی اوکے مین مائک ساجی تسی تھوڑا بند کر لینا